गुरु नानक अंगद गुरु अमरदास पद बंद रामदास अर्जन गुरु बाल श्री हर गोविंद हर पतत पावन भगत वत्सल कृपा निदान जुग जुग अटल चवर शतर तख्त दे मालक सबदा अवतार तन तन सतगुरु श्री गुरु ग्रंथ साहिब महाराज जी दे परम पवित्र सत संगत हजूरी दे अंदर तन तन शहीद सतगुरु श्री गुरु तेग बहादुर साहिब जी महाराज जी दे पवित्र तप अस्थान ते हाजरियां पर रहे दर्शन दीदारे कर रहे गुरु प्यारी खालसा साध संगत जी सतगुरु महाराज जी की अपार बख्शिश कृपालता का सदका सतगुरां दे दरबारां विच कथा श्रवण करन हिताब जी हाजरियां भर रहे हो जिथे जिथे महाराज दे अस्थानां ते सेवा चलदी है उन्हां अस्थानां ते गुरसिख संगतां हाजरियां भर रहियां ने। गुरु हरगोबिंद साहिब महाराज दे अस्थान ते बेअंत संगत कथा दे विच हाजरी भर रही है। सो ये महाराज साहिब जी ने सानू बख्शिश करके अपने चरणों च हाजरी भरन का समा बख्शिया है। आओ गुरु गरीब नवाज सतगुरु गुरु हरगोबिंद साहिब महाराज दे पावन स्वरूप महाराज दे वीर असी स्वरूप दे दर्शन अपने हिरदे दे विच वसाइए। कीरतपुर साहिब की धरती से सतगुरु सुभाए मान हैं अनेक कौतक कर रहे हैं।
ਇੱਥੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਦੇ ਨਾਲ ਮਹਾਰਾਜ ਦੇ ਹੁਕਮ ਨਾਲ ਬਾਬਾ ਬਿਧੀ ਚੰਦ ਜੀ ਪੂਰਬ ਅਤੇ ਦੱਖਣ ਦੇਸ਼ ਦੇ ਵਿਚਕਾਰਲੇ ਦੇ ਅਲੱਗੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗਏ ਹਨ। ਇੱਕ ਮਹੀਨਾ ਠਹਿਰੇ ਨੇ। ਸਿੱਖ ਸੰਗਤਾਂ ਨੇ ਹੁਕਮਨਾਮਾ ਗੁਰੂ ਹਰਗੋਬਿੰਦ ਸਾਹਿਬ ਦਾ ਪੜ੍ਹਿਆ, ਜਿਹ 'ਚ ਲਿਖਿਆ ਸੀ ਵੀ ਗੁਰਸਿੱਖੋ, ਇਹ ਜੋ ਬਾਬਾ ਬਿਧੀ ਚੰਦ ਜੀ ਆਏ ਨੇ, ਇਹਨਾਂ ਨੂੰ ਸਾਡਾ ਰੂਪ ਜਾਣ ਕੇ ਹੀ ਸੇਵਾ ਕਰਨੀ ਅਤੇ ਇਹਨਾਂ ਦਾ ਬਚਨ ਮੰਨਣਾ। ਗੁਰਬਾਣੀ ਦੀ ਕਥਾ ਕਰਕੇ, ਗੁਰਬਾਣੀ ਦਾ ਪਾਠ ਕਰਕੇ ਨਿੱਤ ਸਵੇਰੇ ਸ਼ਾਮ ਬਾਬਾ ਬਿਧੀ ਚੰਦ ਸਾਹਿਬ ਜੀ ਸੁਣਾਉਂਦੇ ਨੇ। ਗੁਰ ਇਤਿਹਾਸ ਦੀਆਂ, ਵੱਡੇ ਸਤਿਗੁਰਾਂ ਦੀਆਂ, ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਾਉਂਦੇ ਹਨ ਅਤੇ ਨਾਲ ਹੀ ਸ਼ੁਭ ਗੁਣ ਦ੍ਰਿੜ ਕਰਾਉਂਦੇ ਨੇ ਵੀ ਕਿਵੇਂ ਸੰਤੋਸ਼ ਦੇ ਵਿੱਚ ਰਹਿਣਾ ਹੈ, ਗੁਰੂ 'ਤੇ ਭਰੋਸਾ ਨਹੀਂ ਟੁੱਟਣ ਦੇਣਾ। ਫਿਰ ਖਿਮਾ ਆਦਿਕ ਗੁਣ ਧਾਰਨ ਕਰਨੇ ਨੇ, ਸਤ ਸੰਤੋਖ ਦਇਆ ਧਰਮ ਆਦਿਕ, ਇਹ ਗੁਣਾਂ ਦੇ ਵਿੱਚ ਪਰਪੱਕਤਾ ਰੱਖਣੀ ਹੈ। ਹਰ ਗੱਲ 'ਤੇ ਆਪਣੇ ਗੁਰੂ ਨੂੰ ਮੁੱਖ ਰੱਖਣਾ ਹੈ, ਗੁਰੂ ਨੂੰ ਰੱਬ ਰੂਪ ਕਰਕੇ ਜਾਣਨਾ ਹੈ। ਇਹ ਤੇ ਆਦਿਕ ਅਨੇਕ ਉਪਦੇਸ਼ ਬਾਬਾ ਬਿਧੀ ਚੰਦ ਜੀ ਸਿੱਖ ਸੰਗਤਾਂ ਨੂੰ ਦ੍ਰਿੜ ਕਰਾਉਂਦੇ, ਨਾਲੇ ਸਿਮਰਨ ਕਰਾਉਂਦੇ ਹਨ। ਜਦੋਂ ਤੁਰਨ ਲੱਗਦੇ ਤਾਂ ਸੰਗਤ ਬੇਨਤੀ ਕਰਕੇ ਫਿਰ ਰੱਖ ਲੈਂਦੀ। ਇੱਦਾਂ ਕਰਦੇ ਕਰਾਉਂਦੇ ਇੱਕ ਮਹੀਨੇ ਦਾ ਸਮਾਂ ਲੰਘ ਗਿਆ। ਅਖੀਰ ਬਹੁਤ ਵਾਰ ਵਾਰ ਬਾਬਾ ਜੀ ਨੇ ਜਦੋਂ ਕਿਹਾ ਵੀ ਹੁਣ ਸਾਨੂੰ ਜਾਣਾ ਪਵੇਗਾ ਸਤਿਗੁਰਾਂ ਦੇ ਕੋਲ, ਅਨੇਕਾਂ ਗੁਰੂ ਘਰ ਦੇ ਪਹਿਰੇ ਨੇ, ਕਾਰਜ ਨੇ ਉਹ ਕਰਨੇ ਹਨ, ਤਾਂ ਸੰਗਤਾਂ ਨੇ ਬੜੇ ਸਤਿਕਾਰ ਨਾਲ ਵਿਦਿਆ ਕੀਤਾ, ਚੰਗੇ ਚੰਗੇ ਬਲੀ ਘੋੜੇ ਹਾਜ਼ਰ ਕੀਤੇ, ਧਨ ਦੌਲਤ ਪਦਾਰਥ ਸ਼ਸਤਰ ਬਸਤਰ ਹਾਜ਼ਰ ਕੀਤੇ, ਕੁਝ ਸੇਵਾਦਾਰ ਵੀ ਨਾਲ ਦਿੱਤੇ ਹਨ। ਕੀਰਤਪੁਰ ਸਾਹਿਬ ਤੀਕਰ ਸਮਾਨ ਸਭ ਸਾਜੋ ਸਮਾਨ ਪਹੁੰਚਾਉਣ ਦੇ ਹਿੱਤ। ਸੋ ਇਸ ਪ੍ਰਕਾਰ ਬਹਾਦਰ ਬਾਬਾ ਬਿਧੀ ਚੰਦ ਜੀ ਬੇੜੇ 'ਚ ਸਵਾਰ ਹੋ ਕੇ ਸਮੁੰਦਰ ਪਾਰ ਕਰਕੇ ਮੰਜ਼ਿਲਾਂ ਨੂੰ ਤੈਅ ਕਰਦੇ ਹਾਂ ਸ਼੍ਰੀ ਕੀਰਤਪੁਰ ਸਾਹਿਬ ਪਹੁੰਚੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ, ਸਭ ਵਸਤੂਆਂ ਸਤਿਗੁਰਾਂ ਨੂੰ ਵਿਖਾਈਆਂ, ਧਨ ਦੌਲਤ ਪਦਾਰਥ ਸਭ ਅੱਗੇ ਰੱਖ ਦਿੱਤੇ, ਸਤਿਗੁਰਾਂ ਦੇ ਚਰਨੀ ਪੈ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਬਹਾਦਰ ਬਾਬਾ ਬਿਧੀ ਚੰਦ, ਬੜੇ ਗੁਰੂ ਘਰ ਦੇ ਤੂੰ ਕਾਰਜ ਸੁਧਾਰਦਾ ਹੈ। ਤਾਂ ਬਿਧੀ ਚੰਦ ਜੀ ਨੇ ਕਿਹਾ, ਮਹਾਰਾਜ ਜੇ ਤੁਸੀਂ ਕਿਰਪਾ ਨਾ ਕਰੋ, ਤੁਹਾਡੀ ਬਖਸ਼ਿਸ਼ ਨਾ ਹੁੰਦੀ ਤਾਂ ਮੈਂ ਕਿੱਥੇ ਸੇਵਾ ਕੋਈ ਕਰ ਸਕਦਾ ਸੀ। ਇਹਦੇ ਆਪ ਹੀ ਦਇਆ ਕਰਕੇ ਅਤੇ ਆਪਣੇ ਚਰਨਾਂ ਨਾਲ ਜੋੜ ਕੇ ਸਭ ਕਾਰਜ ਲੈ ਲੈਂਦੇ ਹੋ, ਸਭ ਕਾਰਜ ਸੁਧਾਰ ਲੈਂਦੇ ਹੋ। ਇਵੇਂ ਬੇਨਤੀਆਂ ਕਰ ਰਹੇ ਸਨ ਚਰਨੀ ਡਿੱਗ ਕੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਹੋਂ ਫੜ ਕੇ ਬਾਬਾ ਬਿਧੀ ਚੰਦ ਜੀ ਨੂੰ ਆਪਣੀ ਛਾਤੀ ਦੇ ਨਾਲ ਲਾਇਆ, ਥਾਪੜਾ ਦਿੱਤਾ, ਬਹੁਤ ਖੁਸ਼ੀਆਂ ਕੀਤੀਆਂ। ਇਵੇਂ ਕੀਰਤਪੁਰ ਸਾਹਿਬ ਸਮਾਂ ਬਤੀਤ ਹੋ ਰਿਹਾ ਹੈ। ਅਨੇਕਾਂ ਹੀ ਸਿੱਖ ਸੰਗਤਾਂ ਨਿਹਾਲ ਹੁੰਦੀਆਂ ਨੇ ਦਰਸ਼ਨ ਕਰਕੇ। ਸਮੇਂ ਦੇ ਨਾਲ ਰੁੱਤ ਬਦਲੀ ਹੈ, ਗਰਮੀ ਦੀ ਰੁੱਤ ਲੰਘੀ ਹੈ, ਵਰਖਾ ਦੀ ਰੁੱਤ ਆਈ ਹੈ। ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਰੁੱਤ ਦੇ ਵਿੱਚ ਬੜੇ ਆਨੰਦ ਦੇ ਨਾਲ ਸਵੇਰੇ ਸ਼ਾਮ ਦੀਵਾਨ ਸਜਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ, ਬਾਬਾ ਗੁਰਦਿੱਤਾ ਜੀ ਦੇ ਨਾਲ ਗਏ ਸੇਵਾਦਾਰ ਕੋ, ਜਿਵੇਂ ਗਊ ਜਿਹੜੀ ਹੈ ਉਹ ਭੁਲੇਖੇ ਦੇ ਨਾਲ ਮਰਦੀ ਅਤੇ ਗੁਰਦਿੱਤਾ ਜੀ ਜਿਉਂਦੀ ਕਰਦੇ ਨੇ, ਗੁਰੂ ਸਾਹਿਬ ਦੀ ਨਾਰਾਜ਼ਗੀ ਹੁੰਦੀ ਹੈ। ਇਹ ਇਤਿਹਾਸ ਦੇ ਪ੍ਰਸੰਗ ਸਰਵਣ ਕਰਨੇ ਨੇ। ਆਓ ਮਹਾਰਾਜ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਦਾ ਧਿਆਨ ਧਾਰੀਏ, ਰਸਨਾ ਕਰੋ, ਪਵਿੱਤਰ ਸਾਰੇ ਹੀ ਸਿਰ ਝੁਕਾਉਂਦੇ ਹਾਂ, ਆਖੋ ਮਹਾਰਾਜ ਦੇ ਹਜ਼ੂਰ ਸਤਨਾਮ ਸੇਵਾਏ ਗੁਰੂ ਸਾਹਿਬ ਜੀ, ਸਤਨਾਮ ਸੇਵਾਏ ਗੁਰੂ ਸਾਹਿਬ ਜੀ। ਦੋਹਰਾ ਪਾਵਸ ਬਰਖਾ ਅਧਿਕ ਹਵੈ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਸੁਭਾਏ ਮਾਨ, ਭਾਵ ਸਰੁੱਤ ਆਈ ਹੈ, ਭਾਵ ਵਰਖਾ ਦੀ ਰੁੱਤ, ਸਾਉਣ ਭਾਦੋਂ ਦੇ ਵਿੱਚ ਬਹੁਤ ਸਾਰਾ ਮੀਂਹ ਪੈ ਰਿਹਾ ਏ। ਸਰਤਾ ਸੈਲਨ ਸੈਲ, ਅਤੇ ਮੀਂਹ ਪੈਣ ਦੇ ਨਾਲ ਸਰਤਾ ਸੈਲਨ ਸੈਲ, ਸਤਿਗੁਰੂ ਜੀ ਇਸ ਰੁੱਤ ਦੇ ਵਿੱਚ ਪਹਾੜਾਂ ਦੀ
ਨਦੀਆਂ ਦੀ ਸੈਲ ਕਰਦੇ ਹਨ। ਸ੍ਰੀ ਹਰਗੋਬਿੰਦ ਬਹੁ ਕਰੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤਾ ਹੀ ਸੋਹਣਾ ਜਿਹਾ ਮੌਸਮ ਜਾਣ ਕੇ ਬੱਦਲ ਜਦ ਆਉਂਦੇ ਨੇ ਘੋੜੇ 'ਤੇ ਸਵਾਰ ਹੋ ਕੇ ਚਲੇ ਜਾਂਦੇ, ਕਦੀ ਪਹਾੜਾਂ ਦੇ ਉੱਪਰ ਚਲੇ ਜਾਂਦੇ ਹੈ ਅਤੇ ਕਦੀ ਮਹਾਰਾਜ ਸਤਲੁਜ ਦਰਿਆ ਦੇ ਕਿਨਾਰੇ 'ਤੇ ਚਲੇ ਜਾਂਦੇ ਹਨ। ਨੀਚੇ ਉੱਚੇ ਗੈਲ ਇਵੇਂ ਨੀਚੇ ਨੀਵੇਂ ਥਾਂ ਭਾਵ ਨਦੀ ਦੇ ਕੰਢੇ 'ਤੇ ਉੱਚੇ ਉੱਚੇ ਪਹਾੜਾਂ ਦੇ ਉੱਪਰ ਸਤਿਗੁਰੂ ਆਮ ਹੀ ਜਾਂਦੇ ਹਨ। ਚੌਪਾਈ ਪਾਵਸ ਇਸੇ ਪ੍ਰਕਾਰ ਬਿਤਾਈ। ਇਹ ਜੋ ਵਰਖਾ ਦੀ ਰੁੱਤ ਆਈ ਹੈ ਸਤਿਗੁਰਾਂ ਨੇ ਇਸੇ ਤਰ੍ਹਾਂ ਹੀ ਖੇਡਾਂ ਕਰਦਿਆਂ ਕੌਤਕ ਕਰਦਿਆਂ ਬਤੀਤ ਕੀਤੀ ਹੈ। ਸਰਦ ਸੁੰਦਰੀ ਰੁੱਤ ਪੁੰਨੇ ਆਈ। ਫਿਰ ਸਮੇਂ ਨੇ ਕਰਵਟ ਲਈ ਹੈ, ਵਰਖਾ ਰੁੱਤ ਸਮਾਪਤ ਹੋਈ ਅਤੇ ਸਰਦ ਰੁੱਤ ਆਰੰਭ ਹੋਈ ਹੈ ਅਸੂ ਮਹੀਨੇ ਦੇ ਨਾਲ। ਭਏ ਸੇਤ ਘਨ, ਜਿਹੜੇ ਬੱਦਲ ਨੇ ਉਹ ਸਾਰੇ ਹੀ ਵਰਖਾ ਕਰਕੇ ਜਿਹੜੇ ਕਾਲੇ ਰੰਗ ਦੇ ਹੋਏ ਸਨ ਵੀ ਚਿੱਟੇ ਹੋ ਗਏ ਹਨ। ਬਿਮਲ ਆਕਾਸ਼ ਭਇਓ ਚਹੁ ਔਰ। ਚਾਰ ਸਵੇਰੇ ਆਕਾਸ਼ ਵੀ ਕਹਿੰਦੇ ਬਿਮਲ ਨਿਰਮਲ ਹੋ ਗਿਆ, ਕੋਈ ਬੱਦਲ ਨਹੀਂ, ਕਿਸੇ ਤਰ੍ਹਾਂ ਦੀ ਕਾਲੋ ਨਜ਼ਰ ਨਹੀਂ ਆਉਂਦੀ ਆਕਾਸ਼ ਵਿੱਚ। ਕਬ ਕਬ ਸ਼੍ਰੀ ਗੁਰਦਿੱਤਾ ਚਰੈ। ਕਦੀ ਕਦਾਈ ਕਹਿੰਦੇ ਬਾਬਾ ਗੁਰਦਿੱਤਾ ਜੀ ਇਸ ਤਰ੍ਹਾਂ ਸ਼ਿਕਾਰ ਖੇਡਣ ਵਾਸਤੇ ਸ੍ਰੀ ਕੀਰਤਪੁਰ ਸਾਹਿਬ ਤੋਂ ਜਾਂਦੇ ਨੇ ਚੜ੍ਹ ਕੇ। ਮਹਿਰਾ ਖੇਰ ਬ੍ਰਿਤ ਕੋ ਕਹਿੰਦੇ ਵੀ ਨਿੱਤ ਨੀ ਕਦੀ ਕਦਾਈ ਸ਼ਿਕਾਰ ਖੇਡਣ ਦੀ ਬਿਰਤੀ ਜੀ ਕਰਕੇ ਵਿਚਾਰ ਜਿਹਾ ਕਰਕੇ ਤੇ ਸੂਰ ਵੀਰਾਂ ਦੇ ਨਾਲ ਜਾਂਦੇ ਹਨ ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ। ਵਾਂਛਤ ਲੇਤ ਸੰਗ ਸਵਾਰ। ਤੇ ਜਿੰਨੇ ਕ ਘੋੜ ਸਵਾਰ ਸ਼ਸਤਰ ਧਾਰੀ ਸੂਰਮੇ ਨਾਲ ਚਾਹੀਦੇ ਨੇ ਓਨੇ ਕ ਬਾਬਾ ਗੁਰਦਿੱਤਾ ਜੀ ਆਪਣੇ ਨਾਲ ਲੈ ਜਾਂਦੇ ਨੇ। ਵਿੱਚ ਰਹੇ ਜਹ ਕਹ ਬਿਪਨ ਮਜਾਰ। ਜਿੱਥੇ ਕਿੱਥੇ ਵੀ ਇਸ ਤਰ੍ਹਾਂ ਬਾਬਾ ਜੀ ਪਹਾੜਾਂ ਦੇ ਜੰਗਲਾਂ ਦੇ ਵਿੱਚ ਸ਼ਿਕਾਰ ਹਿੱਤ ਵਿਚਰਦੇ ਹਨ। ਸ੍ਰੀ ਹਰਗੋਬਿੰਦ ਥਿਰਤਾ ਗਾਹੀ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ਿਕਾਰ ਖੇਡਣ ਨਹੀਂ ਜਾਂਦੇ ਪਾਤਸ਼ਾਹ ਜੀ, ਉਹ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਵਾਹਿਗੁਰੂ ਕੀਰਤਪੁਰ ਸਾਹਿਬ ਦੇ ਵਿੱਚ ਹੀ ਟਿਕੇ ਰਹਿੰਦੇ ਹਨ ਹਰ ਸਮੇਂ। ਬਾਹਰ ਬਹਿਰ ਬਹੁ ਗਮਨ ਨਾਹੀ। ਬਾਹਰ ਨਗਰ ਤੋਂ ਜਾਣਾ ਜਾਂ ਕੋਈ ਸ਼ਿਕਾਰ ਖੇਡਣਾ ਇਹ ਕਿਰਿਆ ਦਾ ਛੇਵੇਂ ਪਾਤਸ਼ਾਹ ਨੇ ਤਿਆਗ ਕਰ ਦਿੱਤਾ। ਕਰਨ ਅਖੇਰ ਅਰੁੱਡਨ ਬਾਜ। ਜਿਵੇਂ ਪਹਿਲਾਂ ਸ਼ਿਕਾਰ ਖੇਡਦੇ ਸਨ, ਘੋੜਿਆਂ ਦੇ ਸਵਾਰ ਹੁੰਦੇ ਸਨ, ਇਹ ਮਹਾਰਾਜ ਨੇ ਤਿਆਗ ਦਿੱਤਾ ਏ। ਤਜਿਓ ਰਾਖਬੋ ਸਵਾਨ ਰੋ ਬਾਜ। ਆਂਦੇ ਸ਼ਿਕਾਰ ਖੇਡਣ ਲਈ ਬਾਜ ਆਪਣੇ ਕੋਲ ਰੱਖਣਾ ਜਾਂ ਜਿਹੜੇ ਸ਼ਿਕਾਰ ਖੇਡਣ ਵਾਲੇ ਕੁੱਤੇ ਆਦਿ ਇਹਨਾਂ ਦਾ ਵੀ ਸਤਿਗੁਰਾਂ ਨੇ ਤਿਆਗ ਕਰ ਦਿੱਤਾ। ਜੁਗਮ ਸਮੈ ਸ਼ੁਭ ਸਭਾ ਲਗਾਵੈ। ਕਿਉਂਕਿ ਹੁਣ ਪਾਤਸ਼ਾਹ ਜੀ ਨੂੰ ਪਤਾ ਹੈ ਵੀ ਇਸ ਜਾਮੇ ਜੁਣ ਜੰਗ ਯੁੱਧ ਨਹੀਂ ਕਰਨੇ ਤੇ ਵੱਧ ਤੋਂ ਵੱਧ ਸਿੱਖੀ ਦੇ ਪ੍ਰਚਾਰ ਵਾਸਤੇ ਸਵੇਰੇ ਸ਼ਾਮ ਦੋਵੇਂ ਵੇਲੇ ਦੀਵਾਨ ਸਜਾਉਂਦੇ ਹਨ ਸਤਿਗੁਰੂ ਜੀ। ਸ਼ਬਦ ਰਬਾਬੀ ਸੁੰਦਰ ਗਾਵੈ। ਮਹਾਰਾਜ ਦੇ ਹਜ਼ੂਰ ਸਤਿਗੁਰਾਂ ਦੇ ਰਬਾਬੀ ਭਾਈ ਬਾਬਕ ਜੀ ਬੜੇ ਸੁੰਦਰ ਰਾਗਾਂ ਦੇ ਵਿੱਚ ਭਾਵਨਾ ਦੇ ਵਿੱਚ ਭਿੱਜ ਕੇ ਕੀਰਤਨ ਕਰਦੇ, ਗੁਰਬਾਣੀ ਦੇ ਸ਼ਬਦ ਗਾਉਂਦੇ ਹਨ। ਸਿੱਖ ਸੰਗਤ ਚੌਂ ਦਿਸ਼ ਤੇ ਆਏ। ਚੌਵਾਂ ਦਿਸ਼ਾਵਾਂ ਤੋਂ ਸਿੱਖ ਸੰਗਤਾਂ ਕੀਰਤਪੁਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਹਿੱਤ ਆਉਂਦੀਆਂ ਨੇ। ਲਿਆਏ ਉਪਾਇਨ ਕੋ ਸਮੁਦਾਇ। ਸਾਰੇ ਹੀ ਕੋਈ ਨਾ ਕੋਈ ਜਿੰਨਾ ਕਿਸੇ ਦਾ ਬਲ ਪੈਂਦਾ ਭੇਟਾ ਲੈ ਕੇ ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚਦੇ ਨੇ ਸਿੱਖ। ਵੱਡਿਆਂ ਭਾਗਾਂ ਵਾਲੇ ਜੋ ਲੈ ਕੇ ਆਉਂਦੇ ਆ ਉਹ ਸਤਿਗੁਰਾਂ ਦੇ ਅੱਗੇ ਦੀਵਾਨ ਵਿੱਚ ਭੇਟਾ ਕਰਦੇ ਰੱਖ ਦਿੰਦੇ ਆ ਤੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਖੁਸ਼ ਹੋ ਜਾਂਦੇ ਹਨ। ਚਰਨ ਸਪਰਸ਼ ਪ੍ਰੇਮ ਸੋ ਪਾਗੇ। ਉਹਦੇ ਪ੍ਰੇਮ ਦੇ ਵਿੱਚ ਮਿਲੇ ਹੋਏ ਮਹਾਰਾਜ ਦੇ ਚਰਨ ਸਪਰਸ਼ ਕਰਦੇ ਨੇ, ਆਪਣੇ ਹੱਥ ਗੁਰੂ ਸਾਹਿਬ ਦੇ ਚਰਨਾਂ ਨੂੰ ਲਾ ਕੇ ਮਹਾਰਾਜ ਸਾਹਿਬ ਦੇ ਚਰਨਾਂ ਦੀ ਧੂੜੀ ਮੱਥੇ ਨਾਲ ਛਹਾਉਂਦੇ ਹਨ। ਸੁਣੇ ਬਚਨ ਸਿਮਰੈ ਸਤਨਾਮੋ। ਤੇ ਫਿਰ ਬੈਠ ਕੇ ਸੰਗਤ ਚ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣਦੇ ਨੇ। ਮਹਾਰਾਜ ਸਾਹਿਬ ਜੀ ਸਭ ਦੇ ਭਲੇ ਦੀ ਬਾਣੀ ਕਹਿੰਦੇ ਹੈ, ਸਿੱਖਿਆ ਦਿੰਦੇ ਨੇ ਤੇ ਮਹਾਰਾਜ ਸਾਹਿਬ ਦੇ ਮੁਖਾਰਬਿੰਦ ਦੇ ਬਚਨ ਸਿੱਖ ਸੰਗਤਾਂ ਸਰਵਣ ਕਰਦੀਆਂ ਨੇ।
ते पातशाह दी आग्या दे नाल सतनाम वाहेगुरू दा सिमरन करदे ने। पाए श्री को गमने तामो। इस तरह जो भी आउंदा है कुछ दिन कीर्तपुर साहिब गुरां दे कोल रहिंदा, सवेरे शाम संगत करदे, कीर्तन सुनदे, कथा सुनदे, गुरां दे बचन सुन के सिमरन करदे, नितनेम अपने दे विच वादा करके महाराज कोलों मुक्तियां लै के खुश हो के घरां नूं जांदे ने। महा जंग होयो बहु आरे। इह जदों संगत आउंदी है आपस विच बचन बिलास करदे जां राज कई थावां ते सुणदे है वी बड़े गुरु हरगोबिंद साहिब जी ने वड्डे वड्डे जंग कीते है, बहुते जड़े वैरी सन अड़े सन महाराज दे अगे, काबल आदक के नर मरे। जेड़ा भी गुरु हरगोबिंद साहिब दे नाल अड़िया है भावे ओ काबल तो आया है पिशौर तो आया, बहुते ओ नर मर गए ने। ओत दिल्ली आदक पुर बासी। इधर कई दिल्ली दे नेड़े तेड़े वसन वाले भी आए सन इन्हां फौजां च जेड़े दिल्ली दे विच वसदे हन। संग पाए बिना जेड़ा जेड़ा भी आके गुरु हरगोबिंद साहिब जी दे नाल लड़िया, जिन्ने भी जंग युद्ध दे विच सतगुरां दे सामने आके ललकारा मारिया, ओह सारे ही नाश हो गए। गुरु सूरता विदत जहान। इस तरह गुरु हरगोबिंद साहिब महाराज जी दी सूरमताई, वीर बहादुरी सारे जगत विच प्रगट हो गई। सब गल्लां करदे ने ਵੀ ਛੇਵੇਂ ਪਾਤਸ਼ਾਹ ਵਰਗਾ ਕੋਈ ਸੂਰਮਾ ਨਹੀਂ ਹੈ। ਬੜ ਬਹਾਦਰ ਕਰਹੇ ਬਖਾਨ। ਇਸ ਤਰ੍ਹਾਂ ਵੱਡੇ ਬਹਾਦਰ ਮਹਾਰਾਜ ਸਾਹਿਬ ਨੂੰ ਜਾਣ ਕੇ ਇੱਕ ਦੂਸਰੇ ਦੇ ਨਾਲ ਬਚਨ ਬਿਲਾਸ ਕਰਦੇ ਹਨ ਲੋਕ। ਅਲਪ ਚਮੂ ਜਿਨ ਕੇ ਰਹਿ ਪਾਸੇ। ਇਹ ਗੱਲਾਂ ਕਰਦੇ ਹੈ ਵੀ ਸਤਿਗੁਰੂ ਬੜੇ ਸੂਰਮੇ ਨੇ, ਵੇਖੋ ਵੀ ਫੌਜ ਵੀ ਕੋਈ ਬਹੁਤੀ ਲੱਖਾਂ 'ਚ ਨਹੀਂ ਰੱਖੀ, ਥੋੜੀ ਗਿਣਤੀ ਦੇ ਵਿੱਚ ਹੀ ਫੌਜ ਜਿਨ੍ਹਾਂ ਦੇ ਪਾਸ ਰਹਿੰਦੀ ਹੈ। ਲੱਖੋਂ ਸ਼ਤਰਨ ਕਰੇ ਬਿਨਾਸੀ। ਪਰ ਕੁਝ ਹਜ਼ਾਰ ਫੌਜ ਦੇ ਨਾਲ ਲੱਖਾਂ ਦੀ ਗਿਣਤੀ 'ਚ ਸ਼ਤਰੂਆਂ ਦਾ ਵੈਰੀਆਂ ਦਾ ਨਾਸ਼ ਕਰ ਦਿੱਤਾ ਸਤਿਗੁਰਾਂ ਨੇ। ਸਿਰ ਪੀਰਨ ਕੇ ਪੀਰ ਬਿਸਾਲਾ। ਤੇ ਮਹਾਰਾਜ ਦੀ ਮਹਿਮਾ ਕਰਦੇ ਨੇ ਗੁਰਸਿੱਖ ਪਿਆਰੇ ਵੀ ਜੇ ਪੀਰਾਂ ਦੀ ਗੱਲ ਕਰੀਏ, ਮਹਾਂਪੁਰਖਾਂ ਦੀ, ਸੰਤਾਂ ਦੀ ਗੱਲ ਕਰੀਏ ਤੇ ਉਹਨਾਂ ਸਾਰਿਆਂ ਤੋਂ ਵੱਡੇ ਪੀਰ ਹਨ ਗੁਰੂ ਹਰਗੋਬਿੰਦ ਸਾਹਿਬ। ਬੜ ਮੀਰਨ ਕੇ ਮੀਰ ਸੋ ਚੱਲਾ। ਤੇ ਜੇ ਰਾਜਿਆਂ ਦੀ ਪਾਤਸ਼ਾਹਾਂ ਦੀ ਗੱਲ ਕਰੀਏ ਤਾਂ ਉਹਨਾਂ ਸਾਰਿਆਂ ਦੇ ਵਿੱਚੋਂ ਵੱਡੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ। ਪਾਤਸ਼ਾਹ ਦਾ ਕੀ ਹੁੰਦਾ ਹੈ ਰੁਤਬਾ, ਵੀ ਉਹ ਬੇਪਰਵਾਹੀ 'ਚ ਰਹਿੰਦੇ ਨੇ ਅਤੇ ਜਿੱਧਰ ਪਾਤਸ਼ਾਹ ਚਾਹੇ ਉੱਥੇ ਵਿਚਰਦਾ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਤਾਂ 'ਚੋਂ ਪੀਰਾਂ 'ਚੋਂ ਵੱਡੇ ਮਹਾਂਪੁਰਖ ਨੇ, ਮਹਾਂਬਲੀ ਨੇ ਅਤੇ ਪਾਤਸ਼ਾਹਾਂ ਵਿੱਚੋਂ ਵੱਡੇ ਪਾਤਸ਼ਾਹ ਨੇ, ਕਿਸੇ ਦੀ ਪਰਵਾਹ ਹੀ ਨਹੀਂ ਕਰਦੇ। ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਖ ਸੁਆਮੀ। ਰੱਬ ਦਾ ਵੀ ਜਿਨ੍ਹਾਂ ਵੱਲ ਪੱਖ ਹੈ, ਜਿਨ੍ਹਾਂ ਦੀ ਮਦਦ, ਜਿਨ੍ਹਾਂ ਦੀ ਤਰਫਦਾਰੀ ਪਰਮੇਸ਼ਰ ਵੀ ਕਰਦਾ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹਾਂ ਤੋਂ ਵੀ ਵੱਡੇ ਪਾਤਸ਼ਾਹ ਵਾਂਗ ਚੱਲਦੇ ਹਨ। ਸ਼ਾਹਜਹਾਂ ਜਿਨ ਸੋ ਲੜ ਹਾਰੇ। ਸ਼ਾਹਜਹਾਂ ਵਰਗੇ ਜਿਹੜੇ ਬਾਦਸ਼ਾਹ ਖਵਾਉਂਦੇ ਸੀ, ਉਹ ਵੀ ਲੜ ਲੜ ਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗਾਂ ਹਾਰ ਗਏ ਚਾਰ ਵਾਰ। ਅਪਰ ਬਾਪਰੇ ਕਹਾਂ ਵਿਚਾਰੇ। ਕਹਿੰਦੇ ਹੋਰ ਵਿਚਾਰੇ ਕੀ ਹੈ, ਜੇ ਕੋਈ ਸੂਬਾ ਉੱਠ ਕੇ ਆਖੇ ਵੀ ਮੈਂ ਗੁਰੂ ਸਾਹਿਬ ਕੋਲੋਂ ਜਿੱਤ ਲਵਾਂਗਾ, ਮਹਾਰਾਜ ਨੇ ਤਾਂ ਦਿੱਲੀ ਤਖ਼ਤ ਵਾਲੇ ਨਹੀਂ ਹਿੱਲਣ ਦਿੱਤੇ। ਚਾਰ ਵਾਰ ਕਰਾਰ ਰੱਖ ਪਾਏ। ਇਸ ਤਰ੍ਹਾਂ ਚਾਰ ਵਾਰ ਮਹਾਰਾਜ ਸਾਹਿਬ ਜੀ ਨੇ ਜੰਗ ਕਰਕੇ ਚੌਵੇਂ ਵਾਰੀ ਤੁਰਕਾਂ ਦਾ ਨਾਸ਼ ਕੀਤਾ ਏ। ਜੀਵਤ ਕੋ ਨਹਿ ਸਦਨ ਪਠਾਏ। ਜਿਹੜਾ ਚੜ ਕੇ ਆ ਗਿਆ ਸਤਿਗੁਰਾਂ ਵੱਲ, ਕਿਉਂਕਿ ਸਤਿਗੁਰੂ ਨੇ ਤਾਂ ਕਿਸੇ ਦੇ ਚੜ੍ਹਾਈ ਨਹੀਂ ਕੀਤੀ, ਜਿਹੜਾ ਪਰ ਆਪ ਚੜ ਕੇ ਆ ਗਿਆ ਫਿਰ ਜਿਉਂਦਿਆ ਘਰ ਨਹੀਂ ਗਿਆ। ਉਹ ਜਗਤ ਬਿਲੰਦ ਪ੍ਰਸੰਗ। ਇਹ ਪ੍ਰਸੰਗ, ਇਹ ਮਹਾਰਾਜ ਦੇ ਜੰਗ ਯੋਧਾਂ ਦੀ ਸਾਖੀ, ਇਹ ਸਾਰੇ ਜਗਤ ਵਿੱਚ ਪ੍ਰਗਟ ਹੋ ਗਈ। ਮਰੇ ਹਜ਼ਾਰ ਹੋ ਜੋਧਾ ਜੰਗ। ਮਹਾਰਾਜ ਨਾਲ ਲੜਦਿਆਂ ਹੋਇਆ ਹਜ਼ਾਰਾਂ ਦੀ ਗਿਣਤੀ 'ਚ ਮੁਗਲ ਬਾਦਸ਼ਾਹ ਦੇ ਯੋਧੇ ਮਰ ਗਏ ਹਨ। ਦੇਸ਼ ਵਿਦੇਸ਼ਨ ਵਿਧਵਾ ਤੁਰਕਨ। ਇੰਨੇ ਕੁ ਸਾਧ ਸੰਗਤ ਮਰੇ ਨੇ ਵੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਬਹੁਤ ਸਾਰੇ ਤੁਰਕ ਜਿਹੜੇ ਹਨ ਮਰਨੇ ਕਰਕੇ ਉਹਨਾਂ ਦੀਆਂ ਘਰ ਵਾਲੀਆਂ ਵਿਧਵਾ ਹੋ ਗਈਆਂ ਹਨ। ਰੁਦਤ ਘਨੀ ਸਿਰ ਛੱਤ।
ਪਤੀ ਹਨ ਹਨ ਬਹੁਤਾ ਰੋਂਦੀਆਂ ਨੇ ਵੀ ਕਾਹਤੋਂ ਤੁਸੀਂ ਫੌਜ 'ਚ ਜਾ ਕੇ ਗੁਰੂ ਸਾਹਿਬ ਜੀ 'ਤੇ ਚੜ੍ਹਾਈ ਕਰਨੀ ਸੀ, ਛਾਤੀ ਪਿੱਟਦੀਆਂ ਵਾਲ ਪੁੱਟਦੀਆਂ ਨੇ। ਲੜੇ ਗੁਰੂ ਸੋ ਪੀਰ ਜੋ ਪੀਰ, ਵੀ ਕਾਹਤੋਂ ਲੜਨਾ ਸੀ ਗੁਰੂ ਹਰਗੋਬਿੰਦ ਸਾਹਿਬ ਜੋ ਪੀਰਾਂ ਦੇ ਵਿੱਚੋਂ ਵੱਡੇ ਪੀਰ ਹਨ। ਕਰਾਮਾਤ ਕਾਮਲ ਬੜ ਮੀਰ, ਮਹਾਰਾਜ ਕਰਾਮਾਤਾਂ ਵਿੱਚ ਕਾਮਲ ਹੁੰਦਾ ਪੂਰੇ, ਵੀ ਹਰ ਇੱਕ ਸ਼ਕਤੀ ਦੇ ਵਿੱਚ ਪੂਰਨ ਨੇ ਤੇ ਵੱਡ ਮੀਰ ਤੇ ਵੱਡੇ ਪਾਤਸ਼ਾਹ ਨੇ। ਹਰਿਓ ਸੋ ਮਾਰਿਓ ਬਚਿਓ ਪਲਾਇਓ, ਜਿਹੜਾ ਵੀ ਗੁਰੂ ਹਰਗੋਬਿੰਦ ਸਾਹਿਬ ਨਾਲ ਇਹ ਗੱਲਾਂ ਚੱਲਦੀਆਂ ਨੇ ਸੂਰਮਿਆਂ ਦੇ ਅੰਦਰ, ਵੀ ਅੜ ਗਿਆ ਛੇਵੇਂ ਪਾਤਸ਼ਾਹ ਦੇ ਨਾਲ ਉਹ ਮਰ ਗਿਆ, ਤੇ ਜਿਹੜਾ ਮੈਦਾਨ ਛੱਡ ਕੇ ਭੱਜ ਗਿਆ ਬਸ ਉਹੀ ਬਚਿਆ, ਦੂਸਰਾ ਨਹੀਂ ਕੋਈ ਬਚ ਸਕਿਆ। ਹਜ਼ਰਤ ਲਸ਼ਕਰ ਬ੍ਰਿੰਦ ਮਰਾਇਓ, ਇਸ ਤਰ੍ਹਾਂ ਸ਼ਾਹਜਹਾਨ ਨੇ ਕਹਿੰਦੇ ਨੇ ਬੜੀ ਫੌਜ ਆਪਣੀ ਗੁਰੂ ਸਾਹਿਬ ਨਾਲ ਲੜ ਲੜ ਕੇ ਮਰਵਾ ਲਈ ਏ। ਸਭ ਦੇਸ਼ਨ ਮਹਿ ਮੁਗਲ ਪਠਾਨ, ਸਭ ਦੇਸ਼ਾਂ ਜਿੱਥੇ ਕੋਈ ਮੁਗਲ ਕੋਈ ਪਠਾਨ ਖਾਨ ਰਹਿੰਦਾ ਏ। ਸੈਯਦ ਸੰਬੰਧੀ ਜਾਨ, ਤੇ ਫਿਰ ਸੈਯਦ ਆਦਿਕ ਤੇ ਉਹਨਾਂ ਦੇ ਜਿਹੜੇ ਸੰਬੰਧੀ ਆਦਿਕ ਨੇ ਸਭ ਇਸ ਤਰ੍ਹਾਂ ਜਾਣਦੇ ਹਨ। ਮਿਲ ਮਿਲ ਸਿਫਤ ਘਨੀ ਕੋਠਾਨ, ਉਹ ਮਿਲ ਮਿਲ ਕੇ ਗੁਰੂ ਸਾਹਿਬ ਜੀ ਦੀ ਸੂਰਮਤਾਈ ਵਾਲੇ ਪਾਸਿਓਂ ਬਹੁਤ ਹੀ ਸਿਫਤ ਕਰਦੇ ਨੇ ਉਹ, ਭਾਵੇਂ ਇਹਨਾਂ ਦਾ ਮਹਾਰਾਜ 'ਤੇ ਕੋਈ ਭਰੋਸਾ ਨਹੀਂ ਹੈ, ਪਰ ਕਿਉਂਕਿ ਜੰਗ ਵਿੱਚ ਹਾਰੇ ਨੇ ਤੇ ਸੂਰਮਤਾਈ ਵਾਲੇ ਪਾਸਿਓਂ ਜੰਗ ਯੁੱਧ ਵੱਲੋਂ ਮਹਾਰਾਜ ਦੀ ਵਡਿਆਈ ਕਰਦੇ ਹਨ ਵੀ ਸਤਿਗੁਰੂ ਨਾਲ ਕੋਈ ਨਹੀਂ ਜੰਗ ਕਰ ਸਕਦਾ। ਵੱਡੇ ਬਹਾਦਰ ਬਹੁਤ ਬਖਾਨਤ, ਸਾਰੇ ਜਿਹੜੇ ਸਿਆਣੇ ਸਿਆਣੇ ਮੁਗਲ ਪਠਾਨ ਸੈਯਦ ਨੇ ਉਹ ਮਿਲ ਮਿਲ ਕੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਵੱਡੇ ਸੂਰਬੀਰ ਬਹਾਦਰ ਨੇ। ਕਲਪ ਚਮੂ ਜੋਤ ਰਹਿਤ ਹਮੇਸ਼ਾ, ਫਿਰ ਫੌਜ ਵੀ ਬਹੁਤ ਹੀ ਇਕੱਠੀ ਨਹੀਂ ਕਰਕੇ ਰੱਖਦੇ, ਫੌਜ ਵੀ ਥੋੜੀ ਰੱਖਦੇ ਨੇ ਹਮੇਸ਼ਾ ਹੀ ਆਪਣੇ ਨਾਲ। ਲੱਖੋਂ ਆਵਤ ਹਥੇ ਅਸ਼ੇਸ਼ਾਂ, ਪਰ ਜੇ ਲੱਖਾਂ ਵੀ ਚੜ੍ਹ ਕੇ ਉਹਨਾਂ ਦੇ ਆ ਜਾਵੇ ਤਾਂ ਉਹ ਮਾਰ ਦਿੰਦੇ, ਕਿਸੇ ਨੂੰ ਜਿਉਂਦਿਆਂ ਨਹੀਂ ਜਾਣ ਦਿੰਦੇ। ਇਸ ਕੋ ਸੁਤਰ ਆਵਤ ਬਿਲ ਲਾਵੈ, ਇਸ ਪ੍ਰਕਾਰ ਦੇ ਨਾਲ ਕਿਸੇ ਦਾ ਪੁੱਤਰ, ਕਿਸ ਕੋ ਸੁਤਰ ਆਵਤ ਬਿਲ ਲਾਵੈ, ਕਿਸੇ ਦਾ ਪੁੱਤ ਮਰਿਆ ਉਹ ਆਪਣੇ ਪੁੱਤ ਨੂੰ ਰੋ ਰਿਹਾ ਹੈ। ਭਰਾਤਾ ਸਿਮਰਤ ਦੁੱਖ ਪਾਵੇ, ਕਿਸੇ ਦਾ ਭਰਾ ਜੰਗ 'ਚ ਮਰ ਗਿਆ ਉਹ ਆਪਣੇ ਭਰਾ ਨੂੰ ਚੇਤੇ ਕਰ ਕਰ ਦੁਖੀ ਹੁੰਦਾ ਏ। ਚਾਚਾ ਭਤੀਜਾ ਕਿਤਕ ਪੁਕਾਰੇ, ਕੋਈ ਆਪਣੇ ਚਾਚੇ ਨੂੰ ਰੋਂਦਾ ਕੋਈ ਭਤੀਜਿਆਂ ਨੂੰ ਰੋਂਦਾ ਏ। ਕਿਸ ਕੋ ਪਿਤ ਸੁਤ ਗੁਣ ਨ ਉਚਾਰੈ, ਕਿਸੇ ਦਾ ਪਿਓ ਪੁੱਤ ਹੀ ਮਰ ਗਏ ਹਨ ਉਹ ਦੋਵਾਂ ਨੂੰ ਚੇਤੇ ਕਰਦੇ ਹਨ, ਭਾਵ ਕਿ ਕਿਸੇ ਦਾ ਪੁੱਤ ਵੀ ਮਰ ਗਿਆ ਕਿਸੇ ਦਾ ਪਿਓ ਵੀ, ਉਹ ਵੀ ਰੋਂਦੇ ਨੇ। ਦੇਸ਼ ਵਿਦੇਸ਼ ਤੁਰਕ ਤੁਰਕਾਣੀ, ਇਸ ਤਰ੍ਹਾਂ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਤੁਰਕ ਤੇ ਤੁਰਕਾਂ ਦੇ ਘਰ ਵਾਲੀਆਂ, ਕੋ ਆਵਤ ਕੋ ਜਾਤ ਮੁਕਾਣੀ, ਇਹਦੇ ਮਕਾਨਾਂ ਆ ਰਹੀਆਂ ਨੇ, ਕੋਈ ਆ ਰਿਹਾ ਮਕਾਨ ਤੇ ਕੋਈ ਮਕਾਨ ਤੋਂ ਹੋ ਕੇ ਜਾ ਰਿਹਾ ਹੈ, ਜਿਹੜਾ ਮਰਨੇ ਤੋਂ ਬਾਅਦ ਪਰਚਾਉਣੀ ਜੀ ਕਰਦੇ ਨੇ। ਚਿਤ ਕਿਤ ਗ੍ਰਾਮ ਨਗਰ ਸਮੁਦਾਇ, ਜਿੱਥੇ ਕਿੱਥੇ ਵੀ ਤੁਰਕਾਂ ਦੇ ਨਗਰ ਸ਼ਹਿਰ ਹਨ ਸਾਰੇ ਥਾਵਾਂ ਤੇ, ਸੁਨਤ ਸ਼ਬਦ ਦਨ ਰੁਦਨ ਉਠਾਇਆ, ਬਸ ਰੋਣ ਦੀਆਂ ਹੀ ਆਵਾਜ਼ਾਂ ਆਉਂਦੀਆਂ ਰਹੀਆਂ ਕਈ ਦਿਨ। ਮਿਲ ਮਿਲ ਪੀਟਤ ਸਿਰ ਮੁਖ ਛਾਤੀ, ਬਸ ਮਿਲ ਮਿਲ ਕੇ ਜਿਹੜੀਆਂ ਤੁਰਕਾਣੀਆਂ ਨੇ ਆਪਣੇ ਵਾਲ ਖੁੰਦੀਆਂ ਨੇ, ਪਿੱਟਦੀਆਂ ਨੇ ਗੱਲਾਂ ਦੇ, ਹੱਥ ਮਾਰਦੀਆਂ ਨੇ ਛਾਤੀ ਪਿੱਟਦੀਆਂ ਹਨ। ਦੇਹੇ ਨਾਮ ਗੁਣ ਕਰ ਬਖਿਆਤੀ, ਤੇ ਨਾਂ ਲੈ ਲੈ ਕੇ ਉਹਦੇ ਗੁਣ ਗਾਉਂਦੀਆਂ ਜਿਹੜਾ ਮਰ ਗਿਆ ਹੈ, ਵੀ ਤੇਰੇ ਬਣਾਉਣ ਅਸੀਂ ਕੀ ਕਰਾਂਗੇ। ਇਮ ਜਗ ਮਹਿ ਮਾਚਿਓ ਬੜ ਸ਼ੋਰ, ਇਸ ਪ੍ਰਕਾਰ ਦੇ ਨਾਲ ਕਵੀ ਜੀ ਕਹਿੰਦੇ ਜਗਤ ਵਿੱਚ ਬੜਾ ਸ਼ੋਰ ਮੱਚ ਗਿਆ, ਭਾਜੜਾਂ ਪੈ ਗਈਆਂ ਤੁਰਕਾਂ ਨੂੰ ਇੱਕ ਵਾਰ। ਪਨਹੇ ਵੀਰਤਾ ਸਤਿਗੁਰ ਜੋਰ, ਸਾਰੇ ਮਿਲ ਕੇ ਸਤਿਗੁਰੂ ਸਾਹਿਬ ਜੀ ਦੀ ਵੀਰਤਾ ਗੁਰੂ ਹਰਗੋਬਿੰਦ ਸਾਹਿਬ ਦੇ ਬਲ ਦੀਆਂ ਗੱਲਾਂ ਕਰਦੇ ਹਨ। ਸੁਣ ਸੁਣ ਸਿੱਖ ਸੰਗਤ ਹਰ ਖਾਵੈ, ਤੇ ਜਦੋਂ ਇਸ ਤਰ੍ਹਾਂ ਦੀਆਂ ਬਾਤਾਂ ਗੁਰੂ ਦੀ ਬਹਾਦਰੀ ਦੀਆਂ ਚੱਲਦੀਆਂ ਨੇ ਤੇ ਜਿਹੜੀਆਂ ਸਿੱਖ ਸੰਗਤਾਂ ਸੁਣ ਕੇ ਬਹੁਤ ਖੁਸ਼ ਹੁੰਦੀਆਂ ਵੀ ਸਾਡੇ ਗੁਰੂ ਦਾ ਜਸ ਹੋ ਰਿਹਾ, ਵੀ ਸਾਡੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲੋਂ ਤੁਰਕ ਵੀ ਥਰ ਥਰ ਕੰਬਦੇ ਨੇ। ਦੇਸ਼ ਵਿਦੇਸ਼ਨ ਤੇ ਚੱਲ ਆਵਾਂ, ਦੇਸ਼ਾਂ ਵਿਦੇਸ਼ਾਂ 'ਚੋਂ ਸਿੱਖ ਕੀਰਤਪੁਰ ਸਾਹਿਬ ਵੱਲ ਨੂੰ ਆਉਂਦੇ ਤੇ ਰਾਹ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਸੁਣਦੇ ਆ ਰਹੇ ਹਨ। ਮਗ ਮੈਂ ਸੁਣਤ ਆਏ ਬਿਰਤਾਂਤ, ਜਿੱਥੇ ਕਿੱਥੇ ਵੀ ਕੋਈ ਠਹਿਰਦੇ ਨੇ ਕੁਝ ਸਮਾਂ ਤੇ ਉੱਥੇ ਗੱਲ ਚੱਲਦੀ ਵੀ ਕਿੱਥੇ ਆ ਰਹੇ ਤੇ ਕਿੱਥੇ ਜਾ ਰਹੇ, ਵੀ ਇੱਧਰੋਂ ਆਏ ਹਾਂ ਤੇ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਚੱਲੇ ਹਾਂ।
फिर वह कहें भी थोड़े गुरु साहब तो बड़े वीर बहादुर है भाई, उन्होंने तो बड़े शाहजहान के जेडे सूरमे मार दिते हैं, जय कह मिल ही कर ही नर बात, जिथे कितने भी रस्ते मिलते हैं उसे नर नारियां गुरु की वड़ियाई दियां बातां करते ने। एक दिवस बाबा गुरदित्ता इदा ही समा लंघ रहा सी, एक दिन बाबा गुरदित्ता जी चढ़े अखेर करन दे चित्ता, शिकार खेडन दा मन विच फुरना आया भी अज शिकार खेडिए, ते शिकार खेडन दे लई चढ़े हन, केतक साथ चले असवार, अदे नाल किन्ने घोड़ा सवार भी लै ले बाबा गुरदित्ता जी ने, चपल तुरंग मजीनन डा चंगे बली दे बड़े चंचल जेड़े घोड़े ने पैर नी चौवे इक्के वरां धरती ते रख दे, इहो जे चंगे चंचल घोड़े लै ले बाबा जी ने काठियां पालियां, संगत फंग लई कस गोरी ते नाल बंदूकां भी लै लियां ने गोलियां विच पहले ही कस लियां भी जे कोई शिकार आवे ते उहदे गोली मारनी है, उठ प्रभात गमने बन ओरी एदा सवेर दे समय उठ के तैयार बर तैयार हो के श्री गुरदित्ता जी सूरमिया नू नाल लै के जंगल वल नू चल पए, खोजत फिरत सस गन सूकर शिकार खेडन वास्ते गए ने, ते शिकार खेडन दे लई किते भी कोई ना कोई सानू खोजत फिरत सस गन सूकर सूकर भी कोई जंगली सूर जां कोई सहया आदक अगों आवे, मिर्गन अनेकन ले संग कूकर अदे नाल कुत्ते भी कई ले ने शिकार खेडण वाले, भी कोई हिरने आदक दावे जो दा शिकार खेडिए, गिर की शरण बिखै बिचरंते जिथे को पहाड़ां दियां जड़ां दियां ने ना जिथों को पहाड़ शुरू जे हुंदे आ ते जंगल जे आए जां पहाड़ां दियां जड़ां गुफा जियां उहनां दे विच दी विचर रहे हन, ਚੜ੍ਹ ਉਤਰੰਤੇ ਤੇ ਕਹਿੰਦੇ ਵੀ ਝਾਟੀ ਕਈ ਵਾਰਾਂ ਦਾ ਉੱਚੇ ਥਾਂ ਚੜ੍ਹ ਜਾਂਦੇ ਆ, ਪਹਾੜੀ ਜੀ ਆਉਂਦੀ ਹੈ ਤੇ ਫਿਰ ਨੀਵਾਂ ਜਿਹਾ ਥਾਂ ਆਉਂਦਾ, ਫਿਰ ਥੱਲੇ ਨੂੰ ਆ ਜਾਂਦੇ ਨੇ ਇਸ ਤਰ੍ਹਾਂ, ਫਿਰੇ ਬਹੁਤ ਹੀ ਖੋਜਤ ਚਾਰਨ ਝਾੜੀਆਂ ਦੇ ਵਿੱਚ ਜੰਗਲਾਂ ਦੇ ਵਿੱਚ ਸ਼ਿਕਾਰ ਲੱਭਦੇ ਆ ਬਹੁਤ ਹੀ ਇੱਧਰ ਉੱਧਰ ਫਿਰੇ ਸ੍ਰੀ ਗੁਰਦਿੱਤਾ ਜੀ, ਸਥਲ ਬਿਖਮ ਸਮ ਕਰਹਿ ਨਿਹਾਰਨ ਤੇ ਟੇਢੇ ਆਉਂਦੇ ਨੇ ਕਦੇ ਉੱਚਾ ਕਦੇ ਨੀਵਾਂ ਕਦੇ ਪੱਧਰਾ ਥਾਂ, ਜੋ ਵੀ ਆਉਂਦਾ ਸਭ ਥਾਵਾਂ ਤੇ ਭਾਲਦੇ ਹਨ ਵੇਖਦੇ ਹਨ ਸ਼ਿਕਾਰ ਦੇ ਤਾਈਂ, ਗੁਰਸੁਤ ਵਿਚਰਤ ਭੇ ਬਨ ਮਾਹੀ ਇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਜੰਗਲ ਵਿੱਚ ਵਿਚਰ ਰਹੇ ਸਨ, ਪ੍ਰਾਪਤ ਕਿਤੋਂ ਅਖੇਰਾ ਨਾਹੀ ਬੜਾ ਸਮਾਂ ਲੰਘ ਗਿਆ ਪਰ ਅੱਜ ਕੋਈ ਸ਼ਿਕਾਰ ਨਹੀਂ ਦਾਇਆ, ਕਿਤੇ ਵੀ ਕੋਈ ਸ਼ਿਕਾਰ ਨਹੀਂ ਮਿਲਿਆ ਖੇਡਣ ਵਾਸਤੇ, ਦਿਵਸ ਚੜਿਓ ਬੜ ਕਾਮ ਉਪੰਨਾ ਦਿਨ ਵੀ ਕਾਫੀ ਚੜ੍ਹ ਆਇਆ ਤੇ ਗਰਮੀ ਜੀ ਵੀ ਹੋ ਗਈ, ਸਮਾਂ ਏਦਾਂ ਦਾ ਬਣ ਗਿਆ ਵਿਚਰਤ ਰਹੇ ਨਾ ਕੋ ਮ੍ਰਿਗਹੰਨਾ ਤੇ ਵਿਚਰਦਿਆਂ ਹੋਇਆ ਕੋਈ ਵੀ ਹਰਨੇ ਆਦਿਕ ਕੋਈ ਮ੍ਰਿਗ ਬਾਰਾਂ ਸਿੰਘਾਂ ਆਦਿਕ ਮਾਰਿਆ ਨਾ ਗਿਆ, ਦੂਰ ਦੂਰ ਲਾਉ ਫਿਰੇ ਸੌਰ ਇਹ ਜਿਹੜੇ ਨਾਲ ਘੋੜਾ ਸਵਾਰ ਸਨ ਉਹ ਵੀ ਦੂਰ ਦੂਰ ਤੀ ਕਰੇ ਦਰ ਸਜੇ ਖੱਬੇ ਨੂੰ ਹੋ ਕੇ ਜੰਗਲ ਵਿੱਚ ਫਿਰ ਰਹੇ ਨੇ, ਖੋਜਤ ਗਿਰਨ ਦਰੀ ਥਲ ਪੂਰ ਪਹਾੜਾਂ ਦੇ ਵਿੱਚ ਪਹਾੜਾਂ ਦੇ ਥੱਲੇ ਗੁਫਾ ਦੇ ਵਿੱਚ ਕੰਦਰਾਂ ਦੇ ਵਿੱਚ ਸਭ ਥਾਵਾਂ ਦੇ ਸ਼ਿਕਾਰ ਲੱਭਦੇ ਫਿਰਦੇ ਹਨ, ਤੈਨੂੰ ਚਰਤ ਹੁਤੀ ਇੱਕ ਬਨ ਮੈਂ ਇੱਦਾਂ ਲੱਭਦਿਆਂ ਲੱਭਦਿਆਂ ਜਦੋਂ ਜੰਗਲ ਵਿੱਚ ਵਿਚਰ ਰਹੇ ਸਨ ਤੇ ਦੂਰ ਗਊਆਂ ਚਰ ਰਹੀਆਂ ਸਨ ਕਿਤੇ ਬਨ ਦੇ ਵਿੱਚ, ਸੰਘਣੇ ਪਾਤ ਸਮੂਹ ਬਿਰਸ਼ਨ ਮੈਂ ਤੇ ਬਹੁਤ ਸਾਰੇ ਸੰਘਣੇ ਦਰਖਤ ਨੇ ਤੇ ਬਹੁਤ ਸਾਰਾ ਟਹਿਣੀਆਂ ਪੱਤਿਆਂ ਦੇ ਵਿੱਚੋਂ ਦੀ ਚੜ੍ਹਦੀ ਹੋਈ ਇੱਕ ਗਊ ਨਜ਼ਰ ਆਈ, ਇੱਕ ਅਸਵਾਰ ਫਿਰਤ ਨੇ ਹੇਰੀ ਤੇ ਬਾਬਾ ਗੁਰਦਿੱਤਾ ਜੀ ਦੇ ਨਾਲ ਜਿਹੜੇ ਘੋੜ ਸਵਾਰ ਗਏ ਉਹਨਾਂ ਦੇ ਵਿੱਚੋਂ ਇੱਕ ਸੂਰਮੇ ਨੇ ਉਹ ਪੱਤਿਆਂ ਟਹਿਣੀਆਂ ਦੇ ਵਿੱਚੋਂ ਜਿਹੜੀ ਗਊ ਚੜ੍ਹਦੀ ਹੋਈ ਦੇਖੀ, ਜਾਨੀ ਗਈ ਨਾ ਦੂਰ ਬਡੇਰੀ ਹੈ ਦੂਰ ਸੀ ਤੇ ਪਤਾ ਨਹੀਂ ਲੱਗਾ, ਇੱਕ ਵਿਆਕਲ ਜੇ ਹੋ ਗਏ ਸਨ ਜਿਹੜੇ ਕੰਮ ਨੂੰ ਆਪਾਂ ਜਾਈਏ ਤੇ ਕਦੇ ਕੁਝ ਕੁ ਸਮਾਂ ਕੰਮ ਨਾ ਬਣੇ ਤੇ ਬੰਦਾ ਫਿਰ ਥੋੜ੍ਹਾ ਚਿੰਤਾ ਵੀ ਕਰਦਾ ਵੀ ਹੁਣ ਸਵੇਰ ਦੇ ਸ਼ਿਕਾਰ ਖੇਡਣ ਆਇਆ ਜੇ ਕੋਈ ਸ਼ਿਕਾਰ ਨਹੀਂ ਲੱਭਾ
एक गां वेखी वह भी दरखत संघने टहनिया ने पत्ते ने पत्तिया के विचों जी दिखी तो पता ना लगा भी ये गऊ है और मैं लख्यो सो पाड़ा महा तो उन्हें अपने दिल में जिस तरह जानिया भी ये कोई पाड़ा है कोई बारह सिंगा जिहा है सिरंगन सहत चरत है यहाँ भी ये सिंगा दे सहत उथे कि चर रहा कोई अपनी खुराक खा रहा इदा हिरन समझ लिया उसने व्याकल हुतो काम ते सोए यो सिख भी बड़ा क्योंकि गर्मी जी हो गई सी भावे सर्द रुत्त जिहड़ी हुंदी है ये सवेरे शाम ठंडा ही होवे पर दुपहरे एक बार इहदे विच भी गर्मी जी लगती हुई है जदों ये उही मौसम है जदों झोना जिहा झाड़दे ने ते गर्मी होण करके व्याकुल जिहा हो गया सवेर दा जल पानी भी कोई नहीं छकिया विचरत अधिक थकत पुन होए ते बहुता सारा थक करके इधर उधर फिरदिया होया इन कारण ते नाहन पछानी मानो भी कोई भी कारण बनदा है खेड परमेश्वर दी है भी चर ते गा रही सी पर ओ सिख ने समझ लिया भी ये कोई बारह सिंगा चर रहा है देखत श्रृंग मिर्ग लिए जानी ओनू हिरन जान करके ਉਹ ਇੱਕ ਸ਼ਿਕਾਰ ਅੱਜ ਦਾ ਆ ਗਿਆ ਸਵੇਰ ਦਾ ਹੋਰ ਤੇ ਕੋਈ ਨਹੀਂ ਦਾ ਆਇਆ ਨਹਿ ਤਿਸ ਕੇ ਚੱਲ ਪਹੁੰਚਿਓ ਨੇੜ ਨੇੜੇ ਨਹੀਂ ਸਿੱਖ ਪਹੁੰਚਿਆ ਵੀ ਮੈਂ ਜੇ ਨੇੜੇ ਗਿਆ ਤੇ ਇਹ ਨਾ ਹੋਵੇ ਵੀ ਭਾਜੀ ਜਾਵੇ ਭਾਜ ਨਾ ਜਾਏ ਮੋਹੇ ਕੌ ਹੇਰ ਮੈਨੂੰ ਆਪਣੇ ਵੱਲ ਆਉਂਦਿਆਂ ਹੋਇਆ ਵੇਖ ਕੇ ਹਰਮ ਜਿਹੜਾ ਹੈ ਉਹ ਭਾਜੀ ਜਾਵੇਗਾ ਫਿਰ ਉਹ ਦੂਰ ਤੇ ਤੁਪਕ ਚਲਾਈ ਦੂਰੋਂ ਹੀ ਸਿੱਖ ਨੇ ਬੰਦੂਕ ਉਹਦੇ ਕੋਲ ਸੀ ਨਿਸ਼ਾਨਾ ਤੱਕ ਕੇ ਵਹਿੰਦਾ ਰਿਹਾ ਤੇ ਐਨ ਜਦੋਂ ਵੇਖਿਆ ਵੀ ਹੁਣ ਨਿਸ਼ਾਨਾ ਲੱਗ ਜੂਗਾ ਤੇ ਉਸੇ ਵੇਲੇ ਉਹਨੇ ਗੋਲੀ ਚਲਾ ਦਿੱਤੀ ਲਾਗੀ ਸੀਸ ਵਿਖੇ ਤਬ ਜਾਈ ਸਿਰ ਜਿਹੀ ਦਿਖ ਰਿਹਾ ਸੀ ਸਿੰਘ ਜਿਹੀ ਗਾਂ ਦੇ ਤੇ ਜਾ ਕੇ ਤੁਰੰਤ ਗੋਲੀ ਸਿਰ ਦੇ ਵਿੱਚ ਵੱਜ ਗਈ ਜੋ ਚਲਾਈ ਹੈ ਤਤ ਛਿਨ ਤੇਨ ਗਿਰੇ ਉਥਲਾਏ ਗੋਲੀ ਲੱਗਦੇ ਆ ਸਾਰੀ ਜਿਹੜੀ ਗਊ ਹੈ ਉਹ ਉਥਲਾ ਕੇ ਪੁੱਠੀ ਹੋ ਕੇ ਧਰਤੀ ਤੇ ਡਿੱਗ ਪਈ ਪ੍ਰਾਣ ਨਾਸ਼ ਹੋਏ ਲੱਗ ਕਾਏ ਇਵੇਂ ਘਾ ਲੱਗਦੇ ਆ ਗੋਲੀ ਵੱਜਦੇ ਆ ਝੱਟ ਹੀ ਉਹਦੇ ਪ੍ਰਾਣ ਨਾਸ਼ ਹੋ ਗਏ ਤੁਰੰਗ ਧਵਾਏ ਜਾਏ ਕਰ ਹੇਰੀ ਤੇ ਜਦੋਂ ਸਿੱਖ ਨੇ ਵੇਖਿਆ ਵੀ ਸ਼ਿਕਾਰ ਮਾਰਿਆ ਗਿਆ ਘੋੜਾ ਭਜਾ ਤੇ ਨੇੜੇ ਜਾ ਕੇ ਜਦੋਂ ਉਹਨੇ ਵੇਖਿਆ ਮਰੀ ਗਊ ਉਥਲੀ ਤੇ ਸਵੇਰੀ ਉਹਨੇ ਵੀ ਵੇਖਿਆ ਵੀ ਇਹ ਮੁੱਧੀ ਗਊ ਮਰੀ ਪਈ ਹੈ ਵੀ ਮੈਂ ਤਾਂ ਹਿਰਨ ਨੂੰ ਮਾਰਿਆ ਸੀ ਪਰ ਇਹ ਤਾਂ ਗਾਂ ਮਰ ਗਈ ਹੈ ਮੇਰੇ ਕੋਲ ਮਹਾ ਪਾਪ ਤੇ ਪਾਇਓ ਤ੍ਰਾਸ ਉਦੋਂ ਸਿੱਖ ਡਰ ਗਿਆ ਕਿਉਂਕਿ ਗਊ ਦਾ ਸ਼ਿਕਾਰ ਨਹੀਂ ਸੀ ਕਰਦੇ ਵੀ ਇਹਦਾ ਪਾਪ ਵੀ ਬਹੁਤ ਵੱਡਾ ਹੋ ਗਿਆ ਏ ਮੁਝ ਕਰਤੇ ਪਾਤੇਨ ਬਿਨਾਸ ਇਹਦਾ ਮੇਰੇ ਹੱਥਾਂ ਦੇ ਨਾਲ ਗਊ ਮੇਰੇ ਕੋਲੋਂ ਮਾਰੀ ਗਈ ਹੈ ਭੁਲੇਖੇ ਕਰਕੇ ਇਤਨਾ ਮੈਂ ਗਊਆਂ ਚਰਵਾਹਾ ਇਹਨੇ ਚਿਰ ਨੂੰ ਜਿਹੜਾ ਗਊਆਂ ਚਾਰਦਾ ਫਿਰਦਾ ਸੀ ਗਊਆਂ ਦਾ ਚਰਵਾਹਾ ਜਿਹੜਾ ਬਾਗੀ ਹੋਰ ਵੀ ਕਈ ਗਊਆਂ ਲੈ ਕੇ ਆਇਆ ਸੀ ਚਾਰਨ ਵਾਸਤੇ ਤੇ ਗੋਲੀ ਦਾ ਖੜਕਾ ਜਿਹਾ ਸੁਣ ਕੇ ਉਹ ਵੀ ਭੱਜਾ ਆਇਆ ਆਏ ਬਿਲੋ ਕਿਉ ਪਾਤਕ ਭਾਰਾ ਉਹਨੇ ਆ ਕੇ ਵੇਖਿਆ ਵੀ ਇਹ ਤਾਂ ਮੇਰੀ ਗਊ ਜਿਹੜੀ ਨਾਲ ਮੈਂ ਸਵੇਰੇ ਲੈ ਕੇ ਆਇਆ ਮਰੀ ਪਈ ਹੈ ਵੱਡਾ ਪਾਪ ਹੋ ਗਿਆ ਏ ਪਟ ਸੰਗ ਲਰਨ ਬਹੁ ਲੱਗੇ ਉਹ ਜਿਹੜਾ ਬਾਗੀ ਸੀ ਗਊਆਂ ਚਾਰਨ ਵਾਲਾ ਉਹ ਗੁਰੂ ਮਹਾਰਾਜ ਜੀ ਦੇ ਬਾਬਾ ਗੁਰਦਿੱਤਾ ਜੀ ਦੇ ਨਾਲ ਆਇਆ ਹੋਇਆ ਜਿਹੜਾ ਸ਼ਿਕਾਰ ਖੇਡਣ ਉਹ ਸੂਰਮੇ ਨਾਲ ਲੜਨ ਲੱਗ ਪਿਆ ਉੱਚਾ ਨੀਵਾਂ ਬੋਲਣ ਲੱਗ ਪਿਆ ਉੱਚ ਪੁਕਾਰ ਕਰੀ ਰਿਸ ਪਗਿਓ ਤੇ ਬਹੁਤ ਉੱਚੀ ਪੁਕਾਰ ਕੀਤੀ ਉਹਨੇ ਪਹਾੜੀਆਂ ਦੀ ਬੋਲੀ ਜੀ ਹੁੰਦੀ ਉਹਨੇ ਆਪਣੀਆਂ ਚੀਕਾਂ ਜੀਆਂ ਆਵਾਜ਼ਾਂ ਜੀਆਂ ਮਾਰ ਕੇ ਸਾਰੇ ਇਕੱਠੇ ਕਰ ਲਏ ਸ਼ੋਰ ਉਠਾਏ ਜ਼ੋਰ ਕੋ ਜਬੈ ਜਦੋਂ ਇਸ ਤਰ੍ਹਾਂ ਗੁੱਸੇ ਵਿੱਚ ਆ ਕੇ ਬਹੁਤਾ ਮਾੜਾ ਚੰਗਾ ਬੋਲਿਆ ਬੜਾ ਰੌਲਾ ਪਾਇਆ ਉਸ ਗਊਆਂ ਨੂੰ ਚਾਰਨ ਵਾਲੇ ਨੇ ਪਹਾੜੀ ਮਿਲ ਗਏ ਤਬ ਕਿੰਨੇ ਹੀ ਪਹਾੜੀਏ ਉਦੋਂ ਰੌਲਾ ਜਿਹਾ ਸੁਣ ਕੇ ਇਕੱਠੇ ਹੋ ਗਏ ਸਾਰੇ ਉਸ ਥਾਂ ਦੇ ਜਿੱਥੇ ਗਊ ਮਰੀ ਪਈ ਸੀ ਗਹਿ ਸੋਲਿਓ ਕਰੇ ਬਲ ਭਾਰੀ ਤੇ ਗੁਰੂ ਕਾ ਸਿੱਖ ਜਿਹੜਾ ਹੈ ਉਹਨੇ ਤੇ ਵੇਖਿਆ ਵੀ ਗਾਂ ਮਰ ਗਈ ਇਸ ਕਰਕੇ ਉਹਨੇ ਕੋਈ ਬਲ ਨਾ ਵਿਖਾਇਆ ਤੇ ਉਹ ਬਾਕੀ ਜਿਹੜੇ ਪਹਾੜੀਏ ਜੇ ਇਕੱਠੇ ਹੋਏ ਸਨ ਇਹਦਾ ਸ਼ੁਰੂ ਤੋਂ ਵੈਸੇ ਵੀ ਗੁਰੂ ਘਰ ਦੇ ਨਾਲ ਈਰਖਾ ਜੀ ਰੱਖਦੇ ਹੀ ਰਹੇ ਹੁਣ ਤੀਕਰ ਵੀ ਇਹ ਇਹਨਾਂ ਨੇ ਗੁਰੂ ਘਰ ਨੂੰ ਚੰਗਾ ਸਮਝਦੇ
इन्हां पहाड़ियां ने उस वेले सिख नूं फड़ लिया कट्ठे हो करके अनेक प्रकार निकार हंगारी ते अनेक तरह दीआं गाल मंदा करदे माड़ा चंगा बोलदे ने सिख दे ताई तेन लहे तौ शोरन करन कहिंदे हुण गां मारी आ साडी जे गां लवांगे वापस गां दे बदले तां छड्डांगे नाहे तां बंधे घर मह धरन नहीं ते बन के अपने घर विच लै जावांगे छड्डणा नहीं तैनूं हुण सारे जिथे गऊ मरी पई सी जिथे एक सिख नूं इन्हां पहाड़ियां ने फड़िया उथे नेड़े आ गए श्री गुर दित्ते जब सुध पाई बाबा गुरदित्ता जी नूं जदों पता लगा भी इहदा रौला जिहा पै गया कोई गऊ मर गई है सिख दे कोलों गए तुरंत तह तुरंग तवाई घोड़े नूं भजा करके बाबा गुरदित्ता जी भी उथे आण पहुंचे पातक घोर बिलोकियो जाए जदों जाके वेख्या भी गां मरी है ते उहनां वेख्या भी इह सिख को तां बड़ी गलती वड्डी हो गई है अधिक कोहियां शोर मचाए ते जिहड़े कोहिए पहाड़िए लोग ने उह रौला बड़ा पा रहे ने बड़ा माड़ा चंगा बोल रहे हन हाय के सहत सुबट को गहियो ਘੋੜੇ ਦੇ ਸਮੇਤ ਹੀ ਸੂਰਮੇ ਨੂੰ ਜਿਹੜਾ ਮਹਾਰਾਜ ਸਾਹਿਬ ਜੀ ਦਾ ਸਿੱਖ ਬਾਬਾ ਗੁਰਦਿੱਤਾ ਜੀ ਨਾਲ ਗਿਆ ਇਹਨੂੰ ਫੜ ਕੇ ਪਹਾੜੀਆਂ ਨੇ ਬੰਨ ਕੇ ਰੱਖਿਆ ਏ ਬਹੁ ਚਿਰ ਕਤ ਅਪਰਾਧੀ ਲਹਿਓ ਤੇ ਬੜਾ ਝਿੜਕਦੇ ਆ ਮਾੜਾ ਚੰਗਾ ਬੋਲਦੇ ਆ ਵੀ ਤੂੰ ਅਪਰਾਧ ਕੀਤਾ ਸਾਡੀ ਗਊ ਮਾਰੀ ਆ ਗੋਲੀ ਮਾਰ ਕੇ ਮ੍ਰਿਦਲ ਬਾਕ ਗੁਰ ਪੁੱਤਰ ਸੁਣਾਇਓ ਤੇ ਬਾਬਾ ਗੁਰਦਿੱਤਾ ਜੀ ਵੇਖੋ ਨਿਮਰਤਾ ਭਾਵੇਂ ਕਿ ਜ਼ੋਰ ਦੇ ਨਾਲ ਦਲ ਬਲ ਨਾਲ ਕੁਝ ਵੀ ਕਰ ਸਕਦੇ ਸੀ ਪਰ ਫਿਰ ਵੀ ਬੜੇ ਪਿਆਰ ਦੇ ਨਾਲ ਬੋਲ ਕੇ ਪਹਾੜੀਆਂ ਨੂੰ ਕਹਿਣ ਲੱਗੇ ਬਿਨ ਜਾਣੇ ਬੜ ਦੋਸ਼ ਕਮਾਇਓ ਕਹਿੰਦੇ ਭਾਈ ਗਊਆਂ ਨੂੰ ਤੇ ਅਸੀਂ ਵੀ ਨਹੀਂ ਮਾਰਦੇ ਅਸੀਂ ਵੀ ਇਹਨਾਂ ਦੀ ਸੇਵਾ ਕਰਦੇ ਹਾਂ ਇਹ ਸਿੱਖ ਨੇ ਇਹਨੂੰ ਪਤਾ ਨਹੀਂ ਲੱਗਾ ਕਿ ਇਹਦੇ ਕੋਲ ਗਲਤੀ ਹੋ ਗਈ ਜਿਹੜਾ ਇਹ ਗਊ ਇਹਦੇ ਕੋਲ ਮਾਰੀ ਗਈ ਹੈ ਪਾਪ ਹੋ ਗਿਆ ਹੈ ਸਭ ਤਜ ਦੇ ਹੋ ਲਰੇ ਕਿਆ ਹੋਏ ਹੁਣ ਕਹਿੰਦੇ ਵੀ ਗਾਂ ਮਾਰੀ ਗਈ ਹੈ ਲੜਨ ਦੇ ਨਾਲ ਕਿਹੜਾ ਉਹਨੇ ਜਿਉਂਦੀ ਹੋ ਜਾਣਾ ਹੈ ਤੁਸੀਂ ਇਹਨੂੰ ਕੱਲ੍ਹ ਹੀ ਫੜਿਆ ਹੈ ਇਹਨੂੰ ਛੱਡ ਦਿਓ ਅਸੀਂ ਲੈਣ ਆਏ ਹਾਂ ਮ੍ਰਿਤਕ ਭਾਈ ਅਬ ਜੀਏ ਨਾ ਕੋਈ ਸ੍ਰੀ ਗੁਰਦਿੱਤਾ ਜੀ ਕਹਿੰਦੇ ਵੀ ਹੁਣ ਤੇ ਗਾਂ ਮਰ ਗਈ ਹੈ ਹੋਇਆ ਤੇ ਮਾੜਾ ਹੈ ਪਰ ਕੀ ਕਰੀਏ ਹੁਣ ਇਹ ਗਊ ਕੋਈ ਜੀਂਦੀ ਨਹੀਂ ਹੋ ਸਕਦੀ ਸੁਣਤ ਪਹਾੜੀ ਬਾਤ ਉਛਾਰੇ ਪਹਾੜੀਏ ਸੁਣ ਕੇ ਸ੍ਰੀ ਗੁਰਦਿੱਤਾ ਜੀ ਕੋਲੋਂ ਕਹਿਣ ਲੱਗੇ ਤੁਮ ਗੁਰ ਸੁਤ ਅਜਮਤ ਕੋ ਧਾਰੇ ਕਹਿੰਦੇ ਸਾਨੂੰ ਪਤਾ ਹੈ ਵੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬ ਜਾਵੇ ਉਹਦੇ ਤੁਹਾਡੇ 'ਚ ਸ਼ਕਤੀਆਂ ਬੜੀਆਂ ਨੇ ਕਰਾਮਾਤਾਂ ਬੜੀਆਂ ਤੁਹਾਡੀਆਂ ਸੁਣੀਆਂ ਨੇ ਗਊ ਮਰੀ ਕੋ ਦੇਹੋ ਜਿਵਾਏ ਬਸ ਸਾਡੀ ਜਿਹੜੀ ਗਾਂ ਮਰੀ ਆ ਅਸੀਂ ਹੋਰ ਕੁਝ ਨਹੀਂ ਕਰਨਾ ਸਾਡੀ ਮਰੀ ਗਊ ਜਿਉਂਦੀ ਕਰ ਦਿਓ ਤੁਸੀਂ ਨਿਜ ਚਾਕਰ ਕੋਲੇ ਹੋ ਛੁਡਾਏ ਉਹਦੇ ਬਦਲੇ ਜੇ ਆਪਣੇ ਜਿਹੜੇ ਚਾਕਰ ਨੂੰ ਸੇਵਕ ਨੂੰ ਛੁਡਾ ਲਓ ਫਿਰ ਅਸੀਂ ਇਹਨੂੰ ਛੱਡ ਦਾਂਗੇ ਫਿਰ ਅਸੀਂ ਇਹਨੂੰ ਕੀ ਕਹਿਣਾ ਹੈ ਜੇ ਬਲ ਕਰੋ ਪੁਕਾਰੂ ਜੈ ਹੈ ਤੇ ਜੇ ਕਹਿੰਦੇ ਤੁਸੀਂ ਬਲ ਕੀਤਾ ਸਾਡੇ ਤੇ ਜ਼ੋਰ ਕੀਤਾ ਤੇ ਅਸੀਂ ਜਾ ਕੇ ਪੁਕਾਰ ਕਰਾਂਗੇ ਆਪਣੇ ਰਾਜੇ ਦੇ ਕੋਲ ਨਿਜ ਰਾਜੇ ਕੇ ਨਿਕਟ ਕਹੈ ਤੇ ਆਪਣੇ ਰਾਜੇ ਨੂੰ ਜਾ ਕਰਕੇ ਕਹਾਂਗੇ ਵੀ ਸਾਡੇ ਨਾਲ ਵੇਖੋ ਗੁਰੂ ਦਾ ਸਾਹਿਬ ਜ਼ਿਆਦਾ ਧੱਕਾ ਕਰਦਾ ਹੈ ਵਧੇ ਫਸਾਦ ਵਿਸਾਲ ਅਗਾਰੀ ਹਾਂ ਵੇਖ ਲਓ ਜੇ ਹੁਣ ਤੁਸੀਂ ਗਊ ਜਿਉਂਦੀ ਨਹੀਂ ਕਰਦੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਫਸਾਦ ਝਗੜਾ ਜਿਹੜਾ ਹੈ ਉਹ ਬਹੁਤਾ ਜ਼ਿਆਦਾ ਵੱਧਦਾ ਹੀ ਜਾਵੇਗਾ ਇਹ ਪਾਤਕ ਨਾ ਸਕਹਿ ਸਹਾਰੀ ਤੇ ਇਹ ਕਿਉਂਕਿ ਜਿਹੜਾ ਪਾਪ ਹੈ ਨਾ ਇਹ ਰਾਜਾ ਵੀ ਸਹਾਰ ਨਹੀਂ ਸਕੂਗਾ ਰਾਜਾ ਵੀ ਕਹੋ ਵੀ ਇਹਦੇ ਬੜਾ ਮਾੜਾ ਕੀਤਾ ਤੁਸੀਂ ਗਊ ਮਾਰ ਕੇ ਕਠਨ ਬਾਕ ਗੁਰ ਪੁੱਤਰ ਉਚਾਰੈ ਜਦੋਂ ਇਸ ਤਰ੍ਹਾਂ ਪਹਾੜੀਆਂ ਦੀ ਗੱਲ ਸੁਣੀ ਤੇ ਬਾਬਾ ਗੁਰਦਿੱਤਾ ਜੀ ਸੁਣ ਰਹੇ ਨੇ ਵੀ ਇਹਦੇ ਬੜੀ ਕਠਿਨ ਬਾਤ ਬਣ ਗਈ ਬੜਾ ਔਖਾ ਜਿਹਾ ਕੰਮ ਹੈ ਮਰੀ ਗਊ ਜੇ ਅਬੈ ਜੀ ਮਾਰੈ ਗਊ ਜਿਉਂਦੀ ਕਰਨੀ ਤਾਂ ਕੋਈ ਵੱਡੀ ਗੱਲ ਨਹੀਂ ਹੈ ਪਰ ਜੇ ਮਰੀ ਗਊ ਨੂੰ ਹੁਣ ਅਸੀਂ ਜਿਉਂਦਿਆਂ ਕਰਦੇ ਹਾਂ ਇਹ ਵੀ ਬਾਤ ਨਾ ਅੱਛੀ ਹੋਏ ਤਾਂ ਇਹ ਵੀ ਚੰਗੀ ਗੱਲ ਨਹੀਂ ਹੈ ਸਾਡੇ ਵਾਸਤੇ ਤਾਰਿਸੈ ਹੈ ਸੁਣੈ ਜੇ ਸੋਏ ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ ਵੀ ਅਸੀਂ ਗਊ ਮਰੀ ਨੂੰ ਜਿਉਂਦਿਆਂ ਕਰ ਦਿੱਤਾ ਤੇ ਉਹ ਬੜਾ ਨਾਰਾਜ਼ ਹੋਣਗੇ ਬਹੁਤਾ ਗੁੱਸਾ ਕਰਨਗੇ ਕਸ਼ਟ ਅਨੇਕ ਦੇਹੇ ਪਰ ਝੱਲੈ ਕਿਉਂਕਿ ਕਸ਼ਟ ਅਨੇਕ ਦੇਹੇ ਪਰ ਝੱਲੈ ਅਨੇਕਾਂ ਵੀ ਸਤਿਗੁਰੂ ਜੀ ਕਹਿੰਦੇ ਆ ਵੀ ਕਸ਼ਟ ਦੇਹ ਦੇ ਭਾਵੇਂ ਝੱਲਣੇ ਪੈਣ ਅਸਮਤ ਨਹੀਂ ਜਨਾਏ ਵਿਸਾਲੈ ਪਰ ਆਪਣੀ ਸ਼ਕਤੀ ਨਹੀਂ ਕਿਸੇ ਨੂੰ ਵਿਖਾਉਣੀ ਵੀ ਆਪਣੀ ਕਰਾਮਾਤ ਨਹੀਂ ਵਿਖਾਉਣੀ ਇਹ ਮਤ ਹੈ ਗੁਰ ਘਰ ਕੋ ਸਤ
ਸਾਦਾ। ਬਾਬਾ ਗੁਰਦਿੱਤਾ ਜੀ ਵਿਚਾਰਦੇ ਆ ਵੀ ਗੁਰੂ ਘਰ ਦਾ ਮਤਾ ਤਾਂ ਇਹ ਹੈ, ਗੁਰੂ ਘਰ ਦੀ ਮਰਿਆਦਾ ਤੇ ਇਹ ਹੈ ਵੀ ਸੰਕਟ ਝੱਲ ਲਓ ਪਰ ਸ਼ਕਤੀ ਨਾ ਵਿਖਾਓ ਕਦੀ ਵੀ। ਜਰ ਹੈ ਅਜਰ ਵਿਦਤਾ ਨਾ ਕਦਾ। ਅਜਰ ਸ਼ਕਤੀਆਂ ਨੂੰ ਜਰ ਕੇ ਰੱਖਦੇ ਨੇ ਮਹਾਰਾਜ, ਕਦੀ ਵੀ ਜਣਾਉਂਦੇ ਨਹੀਂ ਹਨ, ਇਹੋ ਜਿਹੀ ਗੱਲ ਨਹੀਂ ਕਰਦੇ। ਕਰਾਮਾਤ ਨਹੀਂ ਆਪ ਲਗਾਵੇਂ। ਇਸ ਤਰ੍ਹਾਂ ਕਰਾਮਾਤ ਮਹਾਰਾਜ ਸਾਹਿਬ ਨੇ ਕਿਸੇ ਥਾਂ ਤੇ ਵੀ ਲਗਾਉਂਦੇ, ਸ਼ਕਤੀ ਨਹੀਂ ਵਿਖਾਉਂਦੇ। ਜੋ ਲਗਾਏ ਤਿਸ ਦੇਖ ਰਿਸਾਵੇਂ। ਤੇ ਜੇ ਕੋਈ ਸਿੱਖ ਕਰਾਮਾਤ ਕਰਦਾ ਹੈ ਤਾਂ ਉਹਨੂੰ ਵੇਖ ਕੇ ਫਿਰ ਗੁੱਸੇ ਹੁੰਦੇ ਨੇ ਮਹਾਰਾਜ ਸਾਹਿਬ, ਇਹ ਬਾਬਾ ਗੁਰਦਿੱਤਾ ਜੀ ਕਹਿੰਦੇ ਬੜਾ ਔਖਾ ਜਿਹਾ ਕੰਮ ਬਣ ਗਿਆ ਹੈ। ਜੇ ਆਪ ਗਊ ਨਾ ਜੀਵਤ ਇਹਾਂ। ਪਰ ਦੂਜੇ ਪਾਸੇ ਜੇ ਹੁਣ ਇਹ ਗਊ ਅਸੀਂ ਜੀਂਦੀ ਨਹੀਂ ਕਰਦੇ ਜਿਹੜੀ ਮਾਰੀ ਗਈ ਹੈ ਸਾਡੇ ਸਾਥੀ ਦੇ ਕੋਲੋਂ। ਇੱਕ ਤੋਂ ਪਾਪ ਹੋਤ ਹੈ ਮਹਾ। ਇੱਕ ਤਾਂ ਗਾਂ ਮਾਰਨੀ ਜਿਹੜੀ ਹੈ ਚੰਗੀ ਨਹੀਂ ਗਿਣੀ ਕਦੀ ਵੀ, ਕਿਉਂਕਿ ਗਊਆਂ ਨੂੰ ਮਾਰਦੇ ਸਨ ਲਾਹੌਰ ਦੇ ਵਿੱਚ, ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਉੱਥੇ ਮਾੜਾ ਮਨਾਇਆ ਸੀ, ਬੁਰਾ ਮਨਾਇਆ ਸੀ ਵੀ ਇਹ ਗਊਆਂ ਨੂੰ ਕਦ ਤੋਂ ਮਾਰਦੇ ਹੈ। ਦੁਤੀਏ ਜੈ ਹੈ ਕਰੇ ਪੁਕਾਰ। ਤੇ ਦੂਸਰਾ ਬਾਬਾ ਗੁਰਦਿੱਤਾ ਜੀ ਕਹਿੰਦੇ ਵੀ ਇਹ ਪਹਾੜੀਏ ਜੇ ਲੋਕ ਹੈ, ਖੁਸ਼ਕ ਜੇ, ਇਹਨਾਂ ਦੀ ਸ਼ਰਧਾ ਕੋਈ ਹੈ ਨਹੀਂ ਗੁਰੂ ਘਰ ਤੇ, ਐਵੇਂ ਜਾ ਕੇ ਕਿਸੇ ਰਾਜੇ ਕੋ ਪੁਕਾਰ ਕਰਨਗੇ। ਆਪ ਜਸ ਬਿਥਰੈ ਕੋ ਸੰਸਾਰ। ਇੱਕ ਤਾਂ ਬਦਨਾਮੀ ਜੀ ਹੋਵੇਗੀ ਸੰਸਾਰ ਦੇ ਵਿੱਚ, ਇਹ ਨਹੀਂ ਕਿਸੇ ਨੇ ਕਹਿਣਾ ਵੀ ਉਹ ਸੇਵਕ ਕੋਲੋਂ ਗਊ ਮਰ ਗਈ ਹੈ, ਸਾਰੇ ਸਾਡਾ ਨਾਂ ਜਾਂ ਗੁਰੂ ਹਰਗੋਬਿੰਦ ਸਾਹਿਬ ਦਾ ਹੀ ਨਾਂ ਲੈਣਗੇ ਵੀ ਉਹਦੇ ਗਊਆਂ ਮਾਰਨ ਲੱਗ ਪਏ ਹੁਣ। ਇਸ ਕੋ ਨਾਮ ਨ ਲੈ ਹੈ ਕੋਈ। ਕਿਉਂਕਿ ਸੇਵਕ ਦਾ ਕਿਸੇ ਨੇ ਥੋੜਾ ਨਾਂ ਲੈਣਾ, ਫਿਰ ਤਾਂ ਗੱਲ ਸਾਰੀ ਸਾਡੇ ਪੱਲੇ ਪੈ ਜਾਣੀ ਹੈ। ਹਮਰੀ ਦਿਸ਼ਾ ਆਰੋਪੈ ਸੋਈ। ਸਾਡੇ ਵਾਲੀ ਬਾਬਾ ਗੁਰਦਿੱਤਾ ਜੀ ਕਹਿੰਦੇ ਸਾਰੇ ਦੋਸ਼ ਆਰੋਪਣਗੇ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗਊਆਂ ਮਾਰਦੇ ਫਿਰਦੇ ਹਨ ਹੁਣ। ਰਣਤੇ ਸ਼ਾਂਤ ਬ੍ਰਤੀ ਅਬ ਪਏ। ਸ੍ਰੀ ਗੁਰਦਿੱਤਾ ਜੀ ਕਹਿੰਦੇ ਵੀ ਜੇ ਫੌਜਾਂ ਕਿਤੇ ਚੜ੍ਹ ਚੁੜ ਕੇ ਆ ਗਈਆਂ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਹੁਣ ਜੰਗ ਹਜੇ ਕਰਨਾ ਨਹੀਂ ਚਾਹੁੰਦੇ ਕਿਉਂਕਿ ਜੰਗ ਵੱਲੋਂ ਸ਼ਾਂਤ ਹੋ ਗਏ ਨੇ। ਸੁਣਹਿ ਬਖੇਰਾ ਤੋਂ ਰਿਸ ਲਏ। ਤੇ ਜੇ ਬਖੇਰੇ ਦੀ ਝਗੜੇ ਦੀ ਗੱਲ ਮਹਾਰਾਜ ਸੁਣਨਗੇ ਛੇਵੇਂ ਪਾਤਸ਼ਾਹ ਤਾਂ ਨਾਰਾਜ਼ ਹੋਣਗੇ, ਗੁੱਸਾ ਕਰਨਗੇ। ਹਾਂਡੇ ਭਏ ਕਰੇ ਥਿਰ ਲੋਚਨ। ਇਸ ਤਰ੍ਹਾਂ ਸ੍ਰੀ ਗੁਰਦਿੱਤਾ ਜੀ ਖਲੋਤੇ ਨੇ, ਨੇਤਰ ਨੀਵੀਂ ਪਾ ਕੇ ਥੱਲੇ ਨੂੰ ਕੀਤੇ ਹਨ। ਅਨਕ ਭਾਂਤ ਕੀ ਸੋਚਤ ਸੋਚਣ। ਅਨੇਕਾਂ ਤਰ੍ਹਾਂ ਦੀਆਂ ਸੋਚਾਂ ਵਿਚਾਰਾਂ ਕਰ ਰਹੇ ਨੇ। ਕਰੇ ਕਾਂ ਅਸਮੰਜਸ ਬਣੇ। ਬੜੀ ਅਸਮੰਜਸ ਜੀ ਅਣਬਣ ਜੀ ਗੱਲ ਬਣ ਗਈ ਹੈ ਵੀ ਹੁਣ ਕਰੀਏ ਕੀ, ਜੇ ਗਊ ਜੀ ਦੀ ਕਰਦੇ ਹਾਂ ਗੁਰੂ ਸਾਹਿਬ ਦੀ ਨਾਰਾਜ਼ਗੀ ਹੋਏਗੀ, ਜੇ ਨਹੀਂ ਕਰਾਂਗੇ ਤੇ ਗੁਰੂ ਘਰ ਦੀ ਬਦਨਾਮੀ ਕਰਨਗੇ ਵੀ ਗਊਆਂ ਮਾਰਦੇ ਫਿਰਦੇ ਆ। ਦੋਨੋਂ ਵਿਧੀ ਕਹਿਰ ਹੋਏ ਘਨੇ। ਦੋਵੇਂ ਗੱਲਾਂ ਦੇ ਵਿੱਚ ਬਾਬਾ ਗੁਰਦਿੱਤਾ ਜੀ ਕਹਿੰਦੇ ਕਹਿਰ ਤਾਂ ਹੋਵੇਗਾ ਹੀ ਦੋਵਾਂ ਕੰਮਾਂ ਦੇ ਵਿੱਚ। ਸੁਰਭੀ ਮਰੇ ਪਾਪ ਹੈ ਪਰ। ਗਊ ਮਰਨੀ ਵੀ ਬਹੁਤ ਮਾੜੀ ਮੰਨੀ ਜਾਂਦੀ ਹੈ। ਦੋਨੋਂ ਵਿਧੀ ਕਰਾਮਾਤ ਹੈ ਦੋਸ਼ ਉਚਾਰ। ਕਰਾਮਾਤ ਵਿਖਾਉਣ ਦੇ ਨਾਲ ਵੀ ਬਹੁਤਾ ਵੱਡਾ ਦੋਸ਼ ਹੀ ਮੰਨਿਆ ਜਾਂਦਾ ਹੈ। ਤੇਰੇ ਰਹਿ ਤਹ ਕੇਤਕ ਕਾਲਾ। ਇਸ ਤਰ੍ਹਾਂ ਸਾਧ ਸੰਗਤ ਕਿੰਨਾ ਸਮਾਂ ਬਾਬਾ ਗੁਰਦਿੱਤਾ ਜੀ ਉੱਥੇ ਖਲੋਤੇ ਵਿਚਾਰਾਂ ਕਰਦੇ ਰਹੇ ਵੀ ਕਿਹੜੀ ਗੱਲ ਕਰੀਏ ਹੁਣ। ਹਿਰਦੇ ਵਿਚਾਰਨ ਕਰੇ ਵਿਸਾਲਾ। ਆਪਣਾ ਸੋਚ ਵਿਚਾਰ ਕੀਤੀ ਹੈ ਵੀ ਗਊ ਜੀ ਦੀ ਕਰੀਏ ਤੇ ਜਾਂ ਇੱਦਾਂ ਹੀ ਚਲੇ ਜਾਈਏ ਸਿੱਖ ਨੂੰ ਛੜਾ ਕਰਕੇ। ਝਗਰਤ ਖਰੇ ਸੰਭੂਹ ਪਹਾੜੀ। ਬਾਕੀ ਜਿਹੜੇ ਪਹਾੜੀਏ ਨੇ ਉਹ ਚਾਰ ਸਵੇਰੇ ਖਲੋਤੇ, ਉਹਨਾਂ ਨਾਲ ਕੋਈ ਰਹਿ ਬਣ ਨਹੀਂ ਰਹੀ, ਰਾਜੀਨਾਮਾ ਨਹੀਂ ਹੋ ਰਿਹਾ, ਉਹ ਝਗੜਾ ਜਿਹਾ ਕਰੀ ਜਾ ਰਹੇ ਹਨ। ਆਪਣੇ ਪਰ ਕੇ ਭੇ ਨਰ ਚਾਰੀ। ਇਸ ਤਰ੍ਹਾਂ ਬਹੁਤ ਸਾਰੇ ਜੰਗਲ ਦੇ ਵਿੱਚ ਲੋਕ ਇਕੱਠੇ ਹੋ ਗਏ, ਕੁਝ ਆਪਣੇ ਵੱਲ ਦੇ ਸੂਰਮੇ, ਕੁਝ ਉਧਰ ਦੂਜੇ ਪਾਸੇ ਪਹਾੜੀ ਇਕੱਠੇ ਹੋ ਗਏ। ਦੋਹਰਾ ਸ਼੍ਰੀ ਗੁਰਦਿੱਤੇ ਸੰਗ ਮਹਿ। ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਦੇ ਨਾਲ ਸੁਪਟ ਹੁਤੇ ਤਿਸ ਥਾਂ। ਜਿਹੜੇ ਸੂਰਮੇ ਉਸ ਥਾਂ ਤੇ ਖਲੋਤੇ ਸਨ। ਹੱਥ ਜੋੜ ਬੋਲੇ ਸਕਲ। ਉਹ ਸਾਰੇ ਗੁਰੂ ਕੇ ਸਿੱਖ ਹੱਥ ਜੋੜ ਕੇ ਕਹਿਣ ਲੱਗੇ ਗੁਰਸਤ ਸੁਣੋ ਸੁਜਾਨ। ਇਹ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਸਾਡੀ ਬੇਨਤੀ ਸੁਣੋ। ਚੌਪਾਈ ਮਰੀ ਗਊ ਤੇ ਦੋਸ਼ ਕਨੇਰੇ। ਵੀ ਜਿਹੜੇ ਗਾਂ ਮਰ ਗਈ ਹੈ ਨਾ ਆਪਣੇ ਕੋਲੋਂ, ਇਹ ਬੜਾ ਭਾਰੀ ਦੋਸ਼ ਲੱਗ ਜਾਵੇਗਾ। ਜੇ ਜੀਵੈ ਹੋਏ ਕੁਸ਼ਲ ਬਡੇਰੇ। ਜੇ ਗਾਂ ਕਿਤੇ ਬਾਬਾ ਜੀ ਜਿਉਂਦੀ ਹੋ ਜਾਵੇ ਤਾਂ ਫਿਰ ਬੜੀ ਕੁਸ਼ਲਤਾ ਹੋਵੇਗੀ, ਫਿਰ ਕੋਈ ਬਦਨਾਮੀ ਨਹੀਂ ਹੋਵੇਗੀ ਗੁਰੂ ਘਰ ਦੀ। ਜਿਉਂ ਕਿਉਂ ਕਰਦੀ ਜੈ ਇਸ ਪ੍ਰਾਨ। ਉਹਨਾਂ ਸਭ ਸਿੱਖਾਂ ਨੇ ਬੇਨਤੀ ਕੀਤੀ ਜਿਵੇਂ ਕਿਵੇਂ ਕਰਕੇ ਮਹਾਰਾਜ ਇਹਨੂੰ ਪ੍ਰਾਣ ਦਿਓ, ਭਾਵ ਗਾਂ ਨੂੰ ਜਿਉਂਦੀ ਕਰ
ਦਿਓ। ਸਭ ਦੇਸ਼ ਤੇ ਕਲਹਾਂ ਹੋਏ ਹਾਨ, ਕਿਉਂਕਿ ਇਹਦੇ ਨਾਲ ਚਾਰ ਸਫੇਰੇ ਜਿਹੜੀ ਆ ਕਲਾ ਜੀ ਪਈ ਹੈ, ਇਹ ਹਾਨ ਖਤਮ ਹੋ ਜਾਵੇਗੀ। ਲੜਾਈ ਝਗੜਾ ਇਹ ਨਾ ਹੋਵੇ ਵੀ ਫਿਰ ਜੰਗ ਯੁੱਧ ਤੀਕਰ ਪਹੁੰਚ ਜਾਵੇ। ਪਾਤਕ ਮਿਟਹੇ ਪੁੰਨ ਅਧਕਾਈ, ਫਿਰ ਨਾਲੇ ਗਊ ਮਾਰਨ ਦਾ ਪਾਪ ਨਹੀਂ ਲੱਗੂਗਾ ਤੇ ਫਾਲੀ ਫਲ ਹੈ ਇਹਦੇ ਵਿੱਚ। ਪਸਰਹ ਕੀਰਤ ਬਿਮਲ ਸਦਾਈ, ਤੇ ਸਦਾਈ ਨਿਰਮਲ ਜਸ ਤੁਹਾਡਾ ਜਗ ਵਿੱਚ ਪ੍ਰਗਟ ਹੋਵੇਗਾ। ਨਰ ਆਦਿਕ ਜੇ ਅਪਰ ਜੀਵਾਵਨ, ਕਿਉਂਕਿ ਨਾਲੇ ਜਿਹੜਾ ਤੁਸੀਂ ਕਹਿੰਦੇ ਨਾ ਵੀ ਗੁਰੂ ਸਾਹਿਬ ਜੀ ਗੁੱਸੇ ਹੋਣਗੇ, ਕਹਿੰਦੇ ਵੀ ਇਹ ਤਾਂ ਜਾਨਵਰ ਹੀ ਹੈ, ਜੇ ਕੋਈ ਹੋਰ ਬੰਦਾ ਮਰਿਆ ਕੋਈ ਮਨੁੱਖ ਮਰਿਆ ਜਿਉਂਦਾ ਕਰਾਂਗੇ ਆਪਾਂ। ਸੁਣ ਸਤਿਗੁਰ ਤਬ ਹੋਏ ਰਿਸਾਵਨ, ਗੁਰੂ ਹਰਗੋਬਿੰਦ ਸਾਹਿਬ ਤਾਂ ਹੀ ਸੁਣ ਕੇ ਗੁੱਸਾ ਕਰਨਗੇ ਵੀ ਇਹ ਹੁਣ ਬੰਦਿਆਂ ਨੂੰ ਲੋਕਾਂ ਨੂੰ ਜਿਉਂਦੇ ਕਰਨ ਲੱਗ ਪਏ ਨੇ। ਇਸ ਤੇ ਪੁੰਨ ਅਧਿਕ ਕੋ ਜਾਣ, ਪਰ ਇਹ ਗਊ ਜਿਉਂਦੀ ਕਰਨ ਤੋਂ ਗੁਰੂ ਹਰਗੋਬਿੰਦ ਸਾਹਿਬ ਨੇ ਕੁਝ ਨਹੀਂ ਕਹਿਣਾ, ਇਹ ਜਿਉਣ ਦੇ ਨਾਲ ਤਾਂ ਬੜਾ ਭਾਰੀ ਪੁੰਨ ਮਿਲੇਗਾ ਆਪਾਂ ਨੂੰ। ਸ਼੍ਰੀ ਪ੍ਰਭ ਨਹੀਂ ਕੋਪ ਕੋ ਠਾਨ, ਸਾਰੇ ਸਵਾਰਾਂ ਨੇ ਸਿੱਖਾਂ ਬੇਨਤੀ ਕੀਤੀ ਵੀ ਇਸ ਗੱਲ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਗੁੱਸਾ ਨਹੀਂ ਕਰਨਗੇ। ਇਤਿਆਦਿਕ ਸਭ ਹੁਣ ਸੁਣਾਏ, ਜਦੋਂ ਸਾਰਿਆਂ ਨੇ ਦੋਏ ਹੱਥ ਜੋੜ ਕੇ ਬਾਬਾ ਗੁਰਦਿੱਤਾ ਜੀ ਨੂੰ ਬੇਨਤੀ ਕੀਤੀ, ਗੁਰਸੁਤ ਸੁਣਤ ਹਿਰਦੇ ਹੋਇਆ, ਬਾਬਾ ਗੁਰਦਿੱਤਾ ਜੀ ਨੇ ਸੁਣਿਆ ਤੇ ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਦੇ ਹਿਰਦੇ 'ਚ ਗੱਲ ਮੰਨਣ ਦੇ ਵਿੱਚ ਆ ਗਈ ਵੀ ਠੀਕ ਕਹਿੰਦੇ ਹਨ ਇਹ। ਅਬ ਤੋ ਆਸ਼ੀ ਹੈ ਜੀਵਾਵਨ, ਹੁਣ ਤਾਂ ਇਹ ਗੱਲ ਚੰਗੀ ਇਹੀ ਹੈ ਵੀ ਇਹ ਗਾਂ ਹੀ ਜਿਉਂਦੀ ਕਰ ਦਈਏ ਜਿਹੜੀ ਮਰ ਗਈ ਹੈ ਸਾਡੇ ਕੋਲੋਂ। ਸਹਿਤ ਪੁੰਨ ਹਰ ਰਾਰ ਮਿਟਾਵਨ, ਇਹਦੇ ਨਾਲ ਇੱਕ ਤਾਂ ਫਲ ਮਿਲੇਗਾ, ਦੂਸਰਾ ਜਿਹੜਾ ਝਗੜਾ ਝਮੇਲਾ ਜਿਹਾ ਪੈ ਗਿਆ ਸਾਰਾ ਮਿਟ ਜਾਵੇਗਾ। ਪਿਤਾ ਕੋਪ ਕੋ ਲੈ ਸਹਾਰ, ਤੇ ਬਾਕੀ ਉਹਦੇ ਗੁਰੂ ਨੇ ਸਰੀਰ ਤੇ ਝੱਲ ਲਵਾਂਗਾ। ਜਥਾ ਕਹੈ ਸੋ ਕਰਹਿ ਕਾਰ, ਤੇ ਨਾਲੇ ਵੀ ਮਨ ਵਿੱਚ ਪੱਕੀ ਗੱਲ ਠਾਣ ਲਈ ਵੀ ਜੋ ਹੁਕਮ ਕਰਨਗੇ ਗੁਰੂ ਹਰਗੋਬਿੰਦ ਸਾਹਿਬ ਉਹੀ ਮੰਨ ਲਵਾਂਗਾ ਮੈਂ। ਇਹ ਮੋਰ ਲਿਆਏ ਤੁਰੰਗਮ ਸ਼ੋ, ਇਸ ਤਰ੍ਹਾਂ ਆਪਣੇ ਦਿਲ 'ਚ ਲਿਆ ਕੇ ਘੋੜੇ ਦੇ ਚੜ੍ਹੇ ਹੋਏ ਸਨ ਘੋੜਾ ਛੱਡ ਕੇ। ਉਤਰ ਗਏ ਮ੍ਰਿਤ ਧੇਨੂ, ਜਿੱਥੇ ਗਾਂ ਮਰੀ ਪਈ ਸੀ ਘੋੜੇ ਤੋਂ ਉਤਰ ਕੇ ਬਾਬਾ ਗੁਰਦਿੱਤਾ ਜੀ ਉਸ ਪਾਸੇ ਨੂੰ ਹੋ ਗਏ। ਨਿੰਮ ਤਰੋਵਰ ਕੀ ਨਵਲਾਸੀ, ਉਹ ਇੱਕ ਨਿੰਮ ਦਾ ਦਰਖਤ ਸੀ, ਨਿੰਮ ਦੇ ਬ੍ਰਿਸ਼ ਦੀ ਨਵੀਂ ਨਵੀਂ ਫਜੜੀ ਇੱਕ ਛੱਡੀ ਹੱਥ ਦੇ ਵਿੱਚ ਪਕੜੀ ਹੈ। ਹੱਥ ਕਹੀ ਪਹੁੰਚੈ ਗੋ ਪਾਸੀ, ਉਹ ਹੱਥ ਵਿੱਚ ਪੜ ਕੇ ਛੱਡੀ ਸੋਟਾ ਜਿਹਾ ਲੈ ਕਰਕੇ ਤੇ ਮਰੀ ਹੋਈ ਗਾਂ ਦੇ ਨੇੜੇ ਬਾਬਾ ਜੀ ਪਹੁੰਚ ਗਏ। ਸ਼ਰੀ ਲਗਾਏ ਗਊ ਕੇ ਗਾਤ, ਜਿਵੇਂ ਵਾਗੀ ਪਸ਼ੂਆਂ ਨੂੰ ਚਾਰਨ ਵਾਲਾ ਡੰਡਾ ਸੋਟਾ ਲੈ ਕੇ ਵੱਗ ਨੂੰ ਮੋੜਦਾ ਤੋਰਦਾ ਹੈ ਨਾ, ਇਸੇ ਤਰ੍ਹਾਂ ਬਾਬਾ ਗੁਰਦਿੱਤਾ ਜੀ ਨੇ ਗਾਂ ਦੇ ਜਾ ਕੇ ਉਹ ਛੱਡੀ ਲਾਈ, ਭਾਵ ਕੇ ਸੋਟਾ ਗਊ ਦੇ ਸਰੀਰ ਤੇ ਲਾਇਆ। ਸ਼੍ਰੀ ਮੁਖ ਤੇ ਬੋਲੇ ਸਭਾਂ, ਤੇ ਆਪਣੇ ਸੁਭਾਏ ਮਾਣ ਮੁਖ ਤੋਂ ਸ੍ਰੀ ਗੁਰਦਿੱਤਾ ਜੀ ਇਸ ਤਰ੍ਹਾਂ ਬੋਲੇ। ਉਠੋ ਮਾਤੇ ਅਬਨਿੰਦਰਾ ਤਿਆਗੋ, ਕਹਿੰਦੇ ਵੀ ਉਠੋ ਜੀ ਗਊ ਜੀ ਕਾਹਦੇ ਵਾਸਤੇ ਸੁੱਤੇ ਪਏ, ਉਠੋ ਹੁਣ ਨੀਂਦ ਛੱਡ ਦਿਓ। ਪੂਰਬ ਸਮੇਂ ਚਰ ਬੇਤਰਣ ਲੱਗੋ, ਜਿਵੇਂ ਪਹਿਲਾਂ ਤੁਸੀਂ ਘਾਹ ਚਰ ਰਹੇ ਸੀ ਉਸੇ ਤਰ੍ਹਾਂ ਉੱਠ ਕੇ ਘਾਹ ਆਦਿਕ ਚਰੋ, ਪੱਠੇ ਖਾਓ। ਸੁਪਟ ਸਗਲ ਯਾਰ ਖਰੇ ਪਹਾਰੀ, ਇਸ ਤਰ੍ਹਾਂ ਸਾਰੇ ਪਹਾੜੀ ਖਲੋਤੇ ਵੇਖ ਰਹੇ ਨੇ, ਇੱਕ ਪਾਸੇ ਗੁਰੂ ਕੇ ਸੂਰਮੇ ਖਲੋਤੇ ਵੇਖ ਰਹੇ ਹਨ। ਮਰੀ ਤੇਨ ਸੋ ਕਰਤ ਨਿਹਾਰੀ, ਸਾਰੇ ਵੇਖ ਰਹੇ ਨੇ ਵੀ ਸਾਹਮਣੇ ਗਾਂ ਮਰੀ ਪਈ ਹੈ। ਗੁਰੂ ਪੁੱਤਰ ਜਬ ਬਾਕ ਬਖਾਨੇ, ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰਦਿੱਤਾ ਜੀ ਨੇ ਸਿਟੀ ਲਾ ਕਰਕੇ ਸੋਟੀ ਫੇਰੀ ਤੇ ਗਊ ਨੂੰ ਪ੍ਰੇਰਿਆ ਤੇ ਕਿਹਾ ਵੀ ਉੱਠ ਕੇ ਘਾਹ ਖਾ, ਤਦ ਸ਼ਿਨ ਉੱਠੀ ਸੋ ਪ੍ਰਥਮ ਸਮਾਨੇ, ਤੇ ਕਹਿੰਦੇ ਵੀ ਉਸੇ ਵੇਲੇ ਜਦੋਂ ਬਾਬਾ ਗੁਰਦਿੱਤਾ ਜੀ ਦਾ ਵਚਨ ਸੁਣਿਆ, ਤਦ ਸ਼ਿਨ ਉੱਠੀ ਸੋ ਪ੍ਰਥਮ ਸਮਾਨੇ, ਉਸੇ ਵੇਲੇ ਜਿਵੇਂ ਸੁੱਤੇ ਹੋਏ ਜਾਨਵਰ ਨੂੰ ਕੋਈ ਜਾ ਕੇ ਛੇੜੇ ਦੇ ਇੱਕਦਮ ਉੱਠਦਾ ਹੈ ਨਾ, ਇਵੇਂ ਬਾਬਾ ਗੁਰਦਿੱਤਾ ਜੀ ਨੇ ਜਦੋਂ ਸੋਟੀ ਦੇ ਨਾਲ ਗਾਂ ਨੂੰ ਛੇੜਿਆ ਤੇ ਪਹਿਲਾਂ ਵਾਂਗ ਹੀ ਝੱਟ ਹੀ ਉੱਠ ਖੜੋਈ। ਤ੍ਰਿਣ ਹਰਤ ਕੋ ਚਰਨੇ ਲਾਗੀ, ਤੇ ਉੱਠਦਿਆਂ ਸਾਰ ਜਿਵੇਂ ਬਹੁਤ ਹੀ ਭੁੱਖੀ ਹੋਵੇ, ਹਰਿਆ ਹਰਿਆ ਜਿਹੜਾ ਘਾਹ ਹੈ ਚਰਨ ਲੱਗ ਪਈ ਏ। ਦੇਖ ਸਭਨ ਬੁੱਧ ਬਿਸਮੈ ਪਾਗੀ, ਇਹ ਕਉਤੁ ਵੇਖਦਿਆਂ ਸਾਰਿਆਂ ਦੀ ਮਤ ਬਿਸਮ ਹੈਰਾਨੀ ਵਿੱਚ ਚਲੇਗੀ ਵੀ ਹੈ
ਵੀ ਐਸੀ ਸ਼ਕਤੀ ਹੈ ਵੀ ਇੱਕ ਸੋਟੀ ਲਾ ਗਈ ਮਰੀ ਗਾਉ ਨੂੰ ਉਠਾ ਦਿੱਤਾ, ਜਿਉਂਦਿਆਂ ਕਰ ਦਿੱਤਾ, ਸ੍ਰੀ ਗੁਰ ਦਿੱਤਾ ਜੀ ਨੇ ਹਰਖਤ ਹੋਏ ਹਾਕ ਸੰਭਾਰੀ, ਸਾਰੇ ਖੁਸ਼ ਹੋ ਗਏ। ਜਿਹੜਾ ਗਊਆਂ ਦਾ ਵਾਗੀ ਸੀ ਉਹਨੇ ਹਿੱਕ ਕੇ ਸੰਭਾਲ ਲਈ ਤੇ ਆਪਣੇ ਬਾਕੀ ਵਗ ਵਿੱਚ ਲੈ ਗਿਆ। ਲੈ ਗਮਨੇ ਜਹ ਸੁਰ ਭੀ ਸਾਰੀ, ਜਿਹੜੇ ਨਾਲ ਦੀਆਂ ਗਊਆਂ ਚੱਲ ਰਹੀਆਂ ਸਨ ਉਹਨੂੰ ਵੀ ਹਿੱਕ ਕੇ ਉਸੇ ਪਾਸੇ ਹੀ ਲੈ ਗਿਆ। ਕਰ ਬੰਧਨ ਕੋ ਸੁਜਾਸ ਉਚਾਰਤ, ਸ੍ਰੀ ਗੁਰਦਿੱਤਾ ਜੀ ਨੂੰ ਨਮਸਕਾਰ ਕਰਕੇ ਤੇ ਗੁਰਦਿੱਤਾ ਜੀ ਦਾ ਜਸ ਉਚਾਰਦੇ ਆ। ਗਏ ਗੁਰੂ ਮਹਿਮਾ ਔਰ ਧਾਰਤ, ਗੁਰੂ ਮਹਾਰਾਜ ਦੀ ਮਹਿਮਾ ਹਿਰਦੇ ਚ ਵਸਾ ਕੇ ਪਹਾੜੀਏ ਵੀ ਚਲੇ ਗਏ। ਥੋੜਾ ਜਿਹਾ ਭਰੋਸਾ ਜਿਹਾ ਇਹਨਾਂ ਨੂੰ ਵੀ ਆ ਗਿਆ ਵੀ ਇਹਨਾਂ ਦੇ ਘਰ ਦੇ ਵਿੱਚ ਸ਼ਕਤੀਆਂ ਬੜੀਆਂ ਨੇ। ਗੁਰਸੁਤ ਚੜੇ ਤੁਰੰਗਮ ਚਲੇ, ਸ੍ਰੀ ਬਾਬਾ ਗੁਰਦਿੱਤਾ ਜੀ ਵੀ ਘੋੜੇ ਤੇ ਸਵਾਰ ਹੋ ਗਏ। ਬਾਟ ਸੁਪਟ ਸੰਗ ਗਮਨੇ ਸਭ ਮਿਲੇ, ਤੇ ਸਭ ਸੂਰਮਿਆਂ ਦੇ ਨਾਲ ਸ੍ਰੀ ਕਰਤਾਰਪੁਰ ਸ੍ਰੀ ਕੀਰਤਪੁਰ ਸਾਹਿਬ ਵੱਲ ਨੂੰ ਮਿਲ ਕੇ ਤੁਰ ਪਏ ਹਨ। ਬਿਸਮਤ ਮਤ ਕੀਰਤਪੁਰ ਆਏ, ਤੇ ਸਿੱਖ ਵੀ ਬੜੇ ਹੈਰਾਨ ਹੋਏ ਨੇ ਤੇ ਬਾਬਾ ਗੁਰਦਿੱਤਾ ਜੀ ਵੀ ਹੈਰਾਨੀ ਚ ਨੇ ਵੀ ਅੱਜ ਖੇਡ ਬਣੀ ਕੀ ਆ, ਵੀ ਕੀ ਇਹ ਕਰਾਮਾਤ ਵਿਖਾਉਣੀ ਪਈ ਏਦਾਂ ਕਰਦੇ ਆ। ਨਗਰ ਵਿੱਚ ਆ ਗਏ, ਉਤਰ ਤੁਰੰਗ ਸਥਾਨ ਲਗਾਏ, ਘੋੜਿਆਂ ਦਾ ਉਤਰ ਕੇ ਜਿੱਥੇ ਜਿੱਥੇ ਵੀ ਘੋੜਿਆਂ ਦੇ ਖੁਰਲ ਤਬੇਲੇ ਨੇ ਉੱਥੇ ਆ ਕੇ ਖੜੇ ਕਰ ਦਿੱਤਾ, ਬੰਨ ਦਿੱਤਾ। ਦਿਨ ਮਧਿਆਨ ਭਇਓ ਸਭ ਤੇ ਕਾਲਾ, ਇਹ ਉਸ ਵੇਲੇ ਜਦੋਂ ਸ੍ਰੀ ਗੁਰਦਿੱਤਾ ਜੀ ਗਏ ਸਨ, ਸਵੇਰੇ ਤੜਕੇ ਹੀ ਚਲੇ ਗਏ ਪਰ ਵਾਪਸ ਆਉਂਦੇ ਆਉਂਦਿਆਂ ਦੁਪਹਿਰਾਂ ਦਾ ਸਮਾਂ ਹੋ ਗਿਆ, 12 ਵੱਜ ਗਏ ਨੇ। ਭੋਜਨ ਕਰ ਮਨ ਭਾਏ ਵਿਸਾਲਾ, ਤੇ ਮਨ ਭਾਉਂਦਾ ਸਾਰਿਆਂ ਨੇ ਜਿੰਨਾ ਜਿੰਨਾ ਕੋਈ ਚੰਗਾ ਲੱਗਾ ਹੈ, ਲੰਗਰ ਵਿੱਚੋਂ ਭੋਜਨ ਪ੍ਰਸ਼ਾਦਾ ਛਕਿਆ ਹੈ। ਟਿਕੇ ਸਥਾਨ ਆਪਣ ਸਭ ਜਾਏ, ਤੇ ਲੰਗਰ ਵਿੱਚੋਂ ਭੋਜਨ ਛਕ ਕੇ ਸਾਰੇ ਆਪੋ ਆਪਣੇ ਥਾਵਾਂ ਦੇ ਆਸਣਾਂ ਦੇ ਚਲੇ ਗਏ। ਸਤਿਗੁਰ ਸੁਣਿਓ ਸਨੇ ਅਬਖਾਈ, ਇਧਰ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ ਵੀ ਸ੍ਰੀ ਗੁਰਦਿੱਤਾ ਜੀ ਦੇ ਨਾਲ ਦੇ ਜਿਹੜੇ ਸੂਰਮੇ ਸਨ ਉਹਨਾਂ ਨੇ ਹੁਣ ਦੁਪਹਿਰੇ ਆ ਕੇ ਲੰਗਰ ਚੋਂ ਪ੍ਰਸ਼ਾਦਾ ਛਕਿਆ ਹੈ। ਗਇਓ ਜੋ ਸੰਗ ਸੋ ਵੀਰ ਬੁਲਾਇਓ, ਇੱਕ ਸਿੱਖ ਨੂੰ ਬੁਲਾ ਲਿਆ ਮਹਾਰਾਜ ਨੇ ਵੀ ਆ ਇਧਰ ਕਲਾਸ ਲੱਗ ਗਈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਜਦੋਂ ਗੁਰਾਂ ਦੀ ਆਗਿਆ ਮੰਨ ਕੇ ਸੂਰਮਾ ਨੇੜੇ ਆਇਆ, ਜਿਹੜਾ ਸ੍ਰੀ ਗੁਰਦਿੱਤਾ ਜੀ ਦੇ ਨਾਲ ਹੀ ਸਵੇਰੇ ਸ਼ਿਕਾਰ ਖੇਡਣ ਗਿਆ ਸੀ, ਤਾਂ ਉਹਨੂੰ ਵੇਖ ਕੇ ਪਾਤਸ਼ਾਹ ਕਹਿਣ ਲੱਗੇ, ਅੱਜ ਕਹਾਂ ਤੁਮ ਸਮਾਂ ਬਿਤਾਇਆ, ਕਹਿਣ ਲੱਗੇ ਉਹ ਸਿੱਖਾ ਅੱਜ ਕੀ ਗੱਲ ਹੋ ਗਈ, ਦੁਪਹਿਰਾਂ ਚੜ ਗਈਆਂ ਕਿੱਥੇ ਇੰਨਾ ਸਮਾਂ ਤੁਸੀਂ ਬਾਹਰ ਹੀ ਫਿਰਦੇ ਤੁਰਦੇ ਰਹੇ ਹੋ। ਵਿਚਰਤ ਬਹਿਰ ਅਸਨੇ ਅਬ ਖਾਇਓ, ਆ ਕਹਿੰਦੇ ਵੀ ਸਾਨੂੰ ਤਾਂ ਪਤਾ ਲੱਗਾ, ਕਿਸੇ ਨੇ ਕਿਹਾ ਵੀ ਗੁਰਦਿੱਤਾ ਜੀ ਤੇ ਬਾਕੀ ਸਿੱਖਾਂ ਨੇ ਹੁਣ ਲੰਗਰ ਛਕਿਆ, ਦੁਪਹਿਰਾਂ ਚੜ ਗਈਆਂ, ਸਵੇਰ ਦੇ ਕਿੱਥੇ ਸੋ ਤੁਸੀਂ। ਸਗਰੇ ਸਾਚੀ ਦੇਹੋ ਬਤਾਏ, ਮਹਾਰਾਜ ਸਾਹਿਬ ਕਹਿੰਦੇ ਸੱਚੋ ਸੱਚ ਦੱਸੀ ਸਾਰੀ ਗੱਲ, ਹੋਰ ਕਹੈ ਤੋਂ ਦੋਸ਼ ਲਗਾਏ, ਸਾਡੇ ਸਾਹਮਣੇ ਪਾਤਸ਼ਾਹ ਕਹਿੰਦੇ ਝੂਠ ਬੋਲਿਆ ਤਾਂ ਤੇਰੇ ਸਿਰ ਤੇ ਪਾਪ ਚੜੇਗਾ, ਦੋਸ਼ ਲੱਗੂ ਤੈਨੂੰ। ਸੁਨਤ ਸੁਪਟ ਕੰਪਿਓ ਸਭ ਗਾ, ਗੁਰੂ ਹਰਗੋਬਿੰਦ ਸਾਹਿਬ ਅੱਗੇ ਕੋਈ ਝੂਠ ਬੋਲ ਹੀ ਨਹੀਂ ਸੀ ਸਕਦਾ, ਸਿੱਖ ਸਰੇ ਸਿੱਖ ਤਾਂ ਕੰਬ ਗਿਆ ਮਹਾਰਾਜ ਦਾ ਵਚਨ ਸੁਣ ਕੇ ਵੀ ਇਹ ਗੱਲ ਬਣੀ ਕੀ ਹੈ ਹੁਣ। ਲੱਗਿਓ ਬਤਾਵਨ ਸਾਚੀ ਬਾਤ, ਸੱਚੋ ਸਾਚੀ ਸਾਰੀ ਗੱਲ ਦੱਸ ਦਿੱਤੀ, ਜਿਵੇਂ ਸ਼ਿਕਾਰ ਖੇਡਣ ਗਿਆ ਖੇਡ ਵਰਤੀ ਅੱਜ। ਕਹੋ ਕੂਰ ਤੋਂ ਜਾਣੈ ਸਾਰੀ, ਕਹੋ ਕੂਰ ਤੋਂ ਜਾਣੈ ਸਾਰੀ, ਸਿੱਖ ਕਹਿੰਦਾ ਵੀ ਸਾਚੀ ਦੱਸ ਦੇਣਾ ਚਾਹੀਦਾ ਗੁਰੂ ਨੂੰ, ਜੇ ਮੈਂ ਝੂਠ ਵੀ ਬੋਲਿਆ ਤੇ ਅੰਦਰ ਦੀ ਗੱਲ ਜਾਣ ਲੈਂਦੇ ਨੇ, ਛੁਪਾਊਂਗਾ ਮੈਂ ਮਹਾਰਾਜ ਕੋਲੋਂ ਕੀ। ਮੁਝ ਪ੍ਰਤ ਦੇ ਹੈ ਸ਼ਰਾਬ ਉਚਾਰੀ, ਇਹ ਨਾ ਹੋਵੇ ਵੀ ਅੰਦਰ ਦੀ ਗੱਲ ਜਾਣ ਕੇ ਫਿਰ ਕੋਈ ਸ਼ਰਾਬ ਹੀ ਦੇ ਦੇਣ, ਵੀ ਐਵੇਂ ਸੇਵਾ ਕਰਦਿਆਂ ਕਰਦਿਆਂ ਕਿਤੇ ਵੰਸ਼ ਦਾ ਹੀ ਨਾਸ਼ ਨਾ ਕਰਾ ਲਵਾਂ। ਅਚਰਜ ਆਜ ਗਊ ਮਰ ਗਈ, ਇਸ ਪ੍ਰਕਾਰ ਦੇ ਨਾਲ ਕਹਿੰਦਾ ਵੀ ਹੈਰਾਨੀ ਦੀ ਗੱਲ ਹੋਈ ਹੈ, ਅਚਰਜ ਆਜ ਗਊ ਮਰ ਗਈ, ਜਾਣੇ ਬਿਨਾਂ ਮਾਲ ਭੱਟ ਗਈ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਾ ਵੀ ਪਾਤਸ਼ਾਹ ਜੀ ਬੜੀ ਹੈਰਾਨੀ ਦੀ ਗੱਲ ਹੋਈ ਹੈ ਵੀ ਸ਼ਿਕਾਰ ਕਰਨ ਗਏ ਸਾਂ ਪਰ ਸ਼ਿਕਾਰ ਖੇਡਦੇ ਇੱਕ ਗਾਂ ਮਰ ਗਈ ਅੱਜ, ਜਾਣੇ ਬਿਨਾ ਮਾਰ ਭੱਟ ਦਈ। ਉਹ ਸੂਰਮੇ ਨੂੰ ਪਤਾ ਨਹੀਂ ਲੱਗਾ ਮਹਾਰਾਜ ਝਾੜ ਦੇ ਵਿੱਚ ਹਿਰਨ ਜਿਹਾ ਚਰਦਾ ਵੇਖ ਕੇ ਉਹਨੇ ਗਊ ਦੀ ਗੋਲੀ ਮਾਰ ਦਿੱਤੀ। ਆਏ ਕੋਹੀਆਂ ਸ਼ੋਰ ਮਚਾਇਓ, ਤੇ ਫਿਰ ਮਹਾਰਾਜ ਪਹਾੜੀਏ ਸਾਰੇ ਇਕੱਠੇ ਹੋ ਗਏ, ਗਊਆਂ ਦਾ ਵਾਗੀ ਆ ਗਿਆ, ਉਹਨਾਂ ਬੜਾ ਰੌਲਾ ਰੱਪਾ ਜਿਹਾ ਝਗੜਾ ਜਿਹਾ ਪਾ ਛੱਡਿਆ ਅੱਜ। ਸ੍ਰੀ ਗੁਰ ਦਿੱਤਾ ਸੁਣ ਤਬ ਆਇਓ, ਝਗੜਾ ਜਿਹਾ ਸੁਣ ਕੇ ਉਹਨਾਂ ਸਿੱਖ ਨੂੰ ਉੱਥੇ
ਬੰਨ ਲਿਆ ਸੀ ਤੇ ਬਾਬਾ ਗੁਰਦਿੱਤਾ ਜੀ ਵੀ ਆ ਗਏ। ਮਹਾ ਦੋਸ਼ ਗੋ ਕਾ ਤਪਛੰਨਾ, ਤੇ ਗਊ ਮਰੀ ਦਾ ਵੱਡਾ ਪਾਪ ਜਾਣ ਕੇ ਵੀ ਬੜੀ ਇਹ ਬਦਨਾਮੀ ਵਾਲੀ ਗੱਲ ਹੈ, ਗਊ ਮਰ ਗਈ ਏ। ਭਨੇ ਸਬਨ ਕੇ ਦੀਨ ਸਪਰਾਨਾ, ਤੇ ਸਾਰਿਆਂ ਅਸੀਂ ਬੇਨਤੀਆਂ ਕੀਤੀਆਂ, ਉਧਰ ਪਹਾੜੀਏ ਵੀ ਕਹਿੰਦੇ ਤੇ ਸਾਰਿਆਂ ਦੇ ਕਹਿਣ ਦੇ ਮਹਾਰਾਜ ਸ੍ਰੀ ਗੁਰਦਿੱਤਾ ਜੀ ਨੇ ਉਹ ਮਰੀ ਗਾ ਨੂੰ ਪ੍ਰਾਣ ਦੇ ਤੇ ਭਾਵ ਜਿਉਂਦਿਆਂ ਕਰ ਦਿੱਤਾ। ਝਗੜਾ ਪਰਿਓ ਰਹਿਓ ਤਿਸ ਥਾਂ, ਇਸ ਤਰ੍ਹਾਂ ਮਹਾਰਾਜ ਉੱਥੇ ਲੜਾਈ ਝਗੜਾ ਜਿਹਾ ਰੌਲਾ ਰੱਪਾ ਜਿਹਾ ਹੋਇਆ ਜਿੱਥੇ ਗਾਂ ਮਰੀ ਸੀ ਪਹਾੜੀਆਂ ਨਾਲ। ਜਾਂਦੇ ਆਇਓ ਦਿਨ ਮੱਧਿਆਨ, ਤਾਂ ਜਿਸ ਕਰਕੇ ਆ ਦੁਪਹਿਰਾਂ ਦੀਆਂ ਆ ਗਈਆਂ, ਤਾਂਹੀਓ ਹੁਣੇ ਹੀ ਅਸੀਂ ਪਹੁੰਚੇ ਹਾਂ ਤੇ ਪ੍ਰਸ਼ਾਦਾ ਛਕਿਆ ਲੰਗਰ ਵਿੱਚੋਂ। ਸ੍ਰੀ ਸਤਿਗੁਰ ਸੁਣ ਧਰ ਕਰ ਮੋਨ, ਇਹ ਗੱਲ ਸੁਣ ਕੇ ਵੀ ਏਦਾਂ ਲੜਾਈ ਝਗੜਾ ਹੋਇਆ ਤੇ ਗੁਰਦਿੱਤਾ ਜੀ ਨੇ ਗਊ ਜਿਉਂ ਦੀ ਕੀਤੀ ਹੈ, ਮਹਾਰਾਜ ਸੁਣ ਕੇ ਗੁਪਤੀ ਹੋ ਗਏ, ਛੇਵੇਂ ਪਾਤਸ਼ਾਹ ਚੁੱਪ ਹੀ ਹੋ ਗਏ। ਰਿਸ ਔਰ ਕੀਨ ਨਾ ਜਾਣੇ ਕੌਣ, ਅੰਦਰ ਕੌਣ, ਅੰਦਰ ਮਹਾਰਾਜ ਸਾਹਿਬ ਜੀ ਦੇ ਬਹੁਤ ਸਾਰਾ ਗੁੱਸਾ ਬੀਜਦਾ ਸੀ, ਨਾ ਜਾਣੀ ਕੌਣ, ਪਰ ਕਿਸੇ ਨੇ ਗੱਲ ਬਾਹਰੋਂ ਨਾ ਜਾਣੀ। ਚਾਰ ਘੜੀ ਸੁਣ ਫੇਰ ਬਤਾਈ, ਇਸ ਤਰ੍ਹਾਂ ਜਦੋਂ ਗੱਲ ਪਤਾ ਲੱਗਣ ਤੋਂ ਬਾਅਦ ਚਾਰ ਕੁ ਘੜੀਆਂ ਦਾ ਸਮਾਂ ਗੁੱਸੇ ਵਿੱਚ ਹੀ ਮਹਾਰਾਜ ਨੇ ਫਿਰ ਬਤੀਤ ਕਰ ਲਿਆ। ਡੇਢ ਜਾਮ ਦਿਨ ਰਹਿਓ ਤਦਾਈ, ਤੇ ਉਸ ਵੇਲੇ ਫਿਰ ਡੇਢ ਕੁ ਪਹਿਰ ਦਿਨ ਬਾਕੀ ਰਹਿ ਗਿਆ ਸੀ। ਜਾਨ ਸੁਚੇਤ ਹੋਣ ਕੋ ਕਾਲ, ਤੇ ਜਦੋਂ ਕੁਝ ਕੁ ਸਮਾਂ ਵਿਸ਼ਰਾਮ ਕਰਕੇ ਫਿਰ ਸੁਚੇਤ ਜੇ ਹੋਣ ਦਾ, ਫਿਰ ਤਿਆਰ ਵਰ ਤਿਆਰ ਹੋਣ ਦਾ ਸਮਾਂ ਜਾਣ ਕੇ ਆਏ ਸਮੀਪ ਸਪੁੱਤਰ ਵਿਸਾਲ, ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਆਏ ਫਿਰ ਦਰਸ਼ਨ ਕਰਨ ਦੇ ਲਈ। ਕਰ ਬੰਧਨ ਕੋ ਖਰੇ ਅਗਾਰੀ, ਮਹਾਰਾਜ ਨੂੰ ਮੱਥਾ ਟੇਕ ਕੇ ਦੇ ਸਾਹਮਣੇ ਖਲੋ ਗਏ ਸ੍ਰੀ ਗੁਰਦਿੱਤਾ ਜੀ। ਤੌਰ ਪਿਤਾ ਕੀ ਅਪਰ ਨਿਹਾਰੀ, ਪਰ ਜਦੋਂ ਆਏ ਨੇ ਜਿਵੇਂ ਪਹਿਲਾਂ ਮਹਾਰਾਜ ਖੁਸ਼ ਹੁੰਦੇ ਪ੍ਰੇਮ ਕਰਦੇ, ਅੱਜ ਹੋਰ ਹੀ ਤੌਰ ਹੋਰ ਹੀ ਰੁੱਖ ਹੋਰ ਹੀ ਢੰਗ ਜਿਹਾ ਵੇਖਿਆ ਪਿਤਾ ਸਤਿਗੁਰੂ ਦਾ। ਕਹਿੰਦੇ ਵੀ ਐਨ ਸਰੀਰ ਨੀ ਹਿੱਲ ਰਿਹਾ ਤੇ ਠਠੰਬਰ ਕੇ, ਤੇ ਇੱਕ ਥਾਂ ਤੇ ਹਿੱਲਣ ਤੋਂ ਬਾਅਦ ਰਹਿਤ ਬਾਬਾ ਗੁਰਦਿੱਤਾ ਜੀ ਗੁਰੂ ਸਾਹਿਬ ਦੇ ਨੇੜੇ ਖਲੋਤੇ ਰਹੇ। ਨੈਣ ਕਮਲ ਸ਼ੰਕਤ ਚਿਤ ਭੰਗ, ਤੇ ਕਮਲ ਵਰਗੇ ਨੇਤਰ ਨੇ ਉਹ ਸ਼ਰਮਾਉਂਦੇ ਹਨ, ਥੱਲੇ ਨੀਵੀਂ ਪਾਈ ਮਹਾਰਾਜ ਦੇ ਚਰਨਾਂ ਵੱਲ ਵੇਖ ਰਹੇ ਆ, ਤੇ ਚਿਤ ਭੰਗ ਹੋਇਆ, ਅੰਦਰੋਂ ਜਾਣ ਲਿਆ ਵੀ ਗੁਰੂ ਸਾਹਿਬ ਨਾਰਾਜ਼ ਨੇ ਸਾਡੇ ਤੇ। ਸੁਤ ਵਿਸਾਲ ਪਰ ਕੋਪ ਵਿਸਾਲ, ਆਪਣੇ ਵੱਡੇ ਪੁੱਤਰ ਸ੍ਰੀ ਗੁਰਦਿੱਤਾ ਜੀ ਤੇ ਮਹਾਰਾਜ ਬਹੁਤਾ ਹੀ ਗੁੱਸੇ ਹੋਏ। ਸਤਗੁਰ ਬਦਨ ਦ੍ਰਿਗਨ ਕਰ ਲਾਲ, ਅੱਖਾਂ ਮਹਾਰਾਜ ਨੇ ਲਾਲ ਕਰਕੇ, ਨੇਤਰ ਲਾਲ ਕਰਕੇ ਘੂਰੀ ਵੱਟ ਕੇ ਵੇਖਿਆ ਹੈ। ਬੋਲੇ ਕਰਨ ਲੱਗੇ ਅਬਨੀਕੀ, ਛੇਵੇਂ ਪਾਤਸ਼ਾਹ ਕਹਿਣ ਲੱਗੇ ਗੁਰਦਿੱਤਾ ਜੀ ਇਹ ਚੰਗੀਆਂ ਗੱਲਾਂ ਕਰਨ ਲੱਗ ਪਏ ਤੁਸੀਂ, ਤੁਹਾਡੇ ਨਵੇਂ ਕਾਰਨਾਮੇ ਸੁਣਿਆ, ਚੰਗੇ ਕੰਮ ਕਰਦੇ ਹੋ ਹੁਣ ਤੁਸੀਂ। ਹਰ ਗੁਰ ਸੰਤਨ ਲੱਗੇ ਜੋ ਫੀਕੀ, ਜਿਹੜੀ ਗੱਲ ਰੱਬ ਨੂੰ ਨੀ ਚੰਗੀ ਲੱਗਦੀ, ਗੁਰੂ ਘਰ ਨੂੰ ਨੀ ਚੰਗੀ ਲੱਗਦੀ, ਜਿਹਨੂੰ ਸੰਤ ਚੰਗਾ ਨੀ ਸਮਝਦੇ, ਤੁਹਾਡੇ ਕੰਮ ਇਹੋ ਜਿਹੇ ਹੋ ਗਏ ਹੁਣ ਤਾਂ। ਜਿਸ ਕ੍ਰਿਤ ਕੋ ਸੋ ਜਨ ਨਾ ਸਨਮਾਨ ਮਾਨੈ, ਜਿਸ ਕ੍ਰਿਤ ਕੋ ਸੁਜਨ ਨਾ ਸਨਮਾਨੈ, ਜਿਹੜੇ ਕੰਮ ਨੂੰ ਚੰਗੇ ਪੁਰਖ ਕਦੀ ਸਨਮਾਨ ਨਹੀਂ ਦਿੰਦੇ। ਸੁਮਤ ਵੰਦ ਮੋ ਕਬਹੁ ਨ ਠਾਨੈ, ਜਿਹੜੇ ਅਕਲ ਵਾਲੇ ਹੁੰਦੇ ਉਹ ਇਹੋ ਜਿਹਾ ਕੰਮ ਗੁਰੂ ਤੇ ਗੁਰੂ ਹਰਗੋਬਿੰਦ ਸਾਹਿਬ ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਉਹ ਕਦੇ ਵੀ ਨਹੀਂ ਕਰਦੇ ਅਕਲ ਵਾਲੇ ਇਹੋ ਜਿਹਾ ਕੰਮ ਜਿਹੜਾ ਤੁਸੀਂ ਕੀਤਾ। ਆਨ ਪਰੇ ਸਭ ਸਹਿ ਸਰੀਰ, ਉਹਦਾ ਜੋ ਵੀ ਬਿਪਤਾ ਆ ਪਵੇ ਜੇ ਰੱਬ ਵੱਲੋਂ ਤਾਂ ਸਰੀਰ ਤੇ ਝੱਲਦੇ ਨੇ, ਕਸ਼ਟ ਝੱਲ ਲੈਂਦੇ ਹਨ। ਨਹੀਂ ਸ਼ੋਰ ਤੇ ਧਾਰਤ ਧੀਰ, ਤੇ ਕਹਿੰਦੇ ਵੀ ਧੀਰਜ ਧਾਰ ਕੇ ਰੱਖਦੇ ਆ ਸਿਆਣੇ ਪੁਰਖ, ਜੇ ਬਿਪਤਾ ਪੈ ਜਾਵੇ ਧੀਰਜ ਨਹੀਂ ਛੱਡਦੇ, ਹਾਰਦੇ ਨਹੀਂ ਹਨ। ਸੀਸ ਦੇਹੇ ਪਰ ਨਹੀਂ ਜਨਾਮ, ਆਪਣਾ ਸਿਰ ਤੀਕਰ ਗੁਰੂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਗੁਰਦਿੱਤਾ ਜੀ ਗੁਰਸਿੱਖ ਪਿਆਰੇ ਧੀਰਜਵਾਨ ਜਿਹੜੇ ਸਿਆਣੇ ਮਹਾਂਪੁਰਖ ਨੇ ਉਹ ਦੇ ਦਿੰਦੇ ਨੇ, ਪਰ ਆਪਣਾ ਨਹੀਂ ਆਪ ਜਨਾਉਂਦੇ, ਆਪਣੀ ਕਰਾਮਾਤ ਨਹੀਂ ਕਦੀ ਵਿਖਾਉਂਦੇ, ਆਪਣਾ ਆਪ ਨਹੀਂ ਜਨਾਉਂਦੇ ਕਦੀ। ਰੱਬ ਦਰਗਾਹ ਸੋ ਆਦਰ ਪਾਵੇ, ਤੇ ਉਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਫਿਰ ਆਦਰ ਵੀ ਪਾਉਂਦੇ ਆ, ਜਿਹੜੇ ਬਿਪਤਾ ਦੇ ਸੰਕਟ ਤਾਂ ਝੱਲ ਲੈਂਦੇ ਆ ਪਰ ਕਦੀ ਵੀ ਆਪਣੇ ਅੰਦਰ ਦੀ ਖੇਡ ਨਹੀਂ ਬਾਹਰ ਪ੍ਰਗਟ ਹੋਣ ਦਿੰਦੇ। ਅਟਲ ਰਾਏ ਜਾਂਦੇ ਤਜ ਪ੍ਰਾਨਾ, ਹਰਗੋਬਿੰਦ ਸਾਹਿਬ ਕਹਿੰਦੇ ਅਟਲ ਰਾਏ ਆਪਣੇ ਭਰਾ ਛੋਟੇ ਵੱਲ ਨਹੀਂ ਵੇਖਿਆ ਵੀ ਉਹਨੇ ਕੀ ਕੀਤਾ ਸੀ ਤੇ ਉਹਦੇ ਵੀ ਪ੍ਰਾਣ ਕਾਹਦੇ ਵਾਸਤੇ ਹਾਨ ਹੋਏ। ਤੂੰ ਆਪ ਲੋ ਸਮਝਿਓ ਨਾ ਸਿਆਣਾ, ਸ੍ਰੀ ਗੁਰਦਿੱਤਾ ਜੀ ਤੂੰ ਹੁਣ ਤੀਕਰ ਵੀ ਉਹ ਗੱਲ ਵੇਖ ਕੇ ਵੀ ਮੇਰਾ ਭਰਾ ਉਹਨੇ ਪਹਿਲਾਂ ਏਦਾਂ ਹੀ ਆਪਣੇ ਹਾਣੀ ਨੂੰ ਜਿਉਂਦਾ ਕਰ ਦਿੱਤਾ ਤੇ ਉਹ ਵੀ ਫਿਰ ਜਾਣਾ ਪਿਆ ਉਹਨੂੰ ਸੰਸਾਰ ਵਿੱਚੋਂ,
गुरु हरगोबिंद साहब कहते हो अपने भरा की किरत वेख के भाई गुरदित्ता जी श्री गुरदित्ता जी तू हुण तिकर सियाणा नहीं होया समझदार नहीं तू बनिया हिम्मतो करन सदा नह अच्छी ये गल्लां दे सदा करनियां चंगियां नहीं है जड़ी तू करामात विखाई है पौना माशित कहां चित बांची फिर महाराज कहिंदे साडे शरीर विच होंदियां तैनू ये गल्लां करनियां क्यों चंगियां लगियां जदों असीं इत्थे शरीर विच हाजर नाजर है सानू दस जे कोई गल विगड़ गई आ कर अलोक की करा माता ने भी तेरे को ज्यादा कोई शक्ति है जेड़ा लोगों नु जनाउंदा है भी मैं बड़ा ताकतवर हां कारज मत दे सुर पी प्राण जेड़ा तू शक्ति जी विखा के महाराज कहिंदे गां ਜਿਉਂਦੀ ਕੀਤੀ ਹੈ ਗਰੀਬ ਸੁਣੇ ਜਬ ਕੰਨ ਇਹ ਗੱਲ ਨਹੀਂ ਚੰਗੀ ਹੁਣ ਜੇ ਕੋਈ ਅਮੀਰ ਕੋਈ ਗਰੀਬ ਸੁਣੂਗਾ ਕੰਨ ਦੇ ਵਿੱਚ ਵੀ ਮਹਾਰਾਜ ਸਾਹਿਬ ਦੇ ਪੁੱਤਰ ਨੇ ਮਰੀ ਗਊ ਜਿਉਂਦੀ ਕਰ ਦਿੱਤੀ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਫਿਰ ਤਾਂ ਉਹ ਕੋਈ ਕਿਸੇ ਦਾ ਕੋਈ ਪਿਓ ਪੁੱਤ ਭਰਾ ਉਹ ਮਰਿਆ ਕਰੂ ਉਹਦੇ ਸਾਰੇ ਚੁੱਕ ਕੇ ਇਹਨੂੰ ਮੂੰਹ ਚੁੱਕ ਕੇ ਆਉਣਗੇ ਵੀ ਇੱਥੇ ਜਿਉਂਦੇ ਕਰੋ ਐਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਬਾਬਾ ਗੁਰਦਿੱਤਾ ਜੀ ਨੂੰ ਤਾੜਨਾ ਕਰ ਰਹੇ ਨੇ ਜਿਵੇਂ ਹੁਕਮ ਕਰਦੇ ਨੇ ਵੀ ਇਹ ਗੱਲ ਠੀਕ ਨਹੀਂ ਹੈ ਵੀ ਇੱਕ ਮਿਆਨ 'ਚ ਦੋ ਕਿਰਪਾਨਾਂ ਨਹੀਂ ਜਾਂ ਤਾਂ ਅਸੀਂ ਸਰੀਰ ਛੱਡਾਂਗੇ ਜਾਂ ਤੂੰ ਆਪਣਾ ਪੜ੍ਹਿਆ ਵਿਚਾਰ ਅਤੇ ਜਿਵੇਂ ਬਾਬਾ ਗੁਰਦਿੱਤਾ ਜੀ ਮਹਾਰਾਜ ਦੇ ਹੁਕਮ ਦੇ ਵਿੱਚ ਇਹ ਭਾਣਾ ਵਰਤਾ ਕੇ ਸੱਚਖੰਡ ਨੂੰ ਜਾਂਦੇ ਨੇ ਇਹ ਸਾਧ ਸੰਗਤ ਸਾਖੀ ਇਹ ਕਥਾ ਪਾਉਣ ਵਾਲੇ ਸਮਝ ਸਰਵਣ ਕਰਾਂਗੇ ਇਹ ਮਹਾਰਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਹਿੰਦਿਆਂ ਸੁਣਦਿਆਂ ਨੇ ਕਈ ਭੁੱਲਾਂ ਗਲਤੀਆਂ ਹੋਈਆਂ ਨੇ ਮਹਾਰਾਜ ਸੰਗਤ ਬਖਸ਼ਣ ਆ ਰਿਹਾ ਬਖਸ਼ ਲੈਣਾ ਇਹ ਜੋ ਸਾਖੀਆਂ ਆ ਰਹੀਆਂ ਇੱਕ ਤਾਂ ਇਤਿਹਾਸ ਹੈ ਇੱਕ ਤਾਂ ਇਹ ਖੇਡਾਂ ਵਰਤੀਆਂ ਨੇ ਨਾਲ ਹੀ ਵਰਤੀ ਖੇਡ ਦੇ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਵੇਂ ਇੱਥੇ ਜਣਾ ਰਹੇ ਨੇ ਵੀ ਵੱਡੀ ਤੋਂ ਵੱਡੀ ਬਿਪਤਾ ਆਵੇ ਸਿੱਖ ਸਿਰ 'ਤੇ ਝੱਲ ਲਏ ਪਰ ਅੰਦਰ ਦੀ ਧੀਰਜ ਛੱਡ ਕੇ ਕਰਾਮਾਤ ਨਾ ਵਿਖਾਏ ਆਪਣੀ ਸ਼ਕਤੀ ਜੀ ਨਾ ਵਿਖਾਉਣ ਲੱਗ ਪਏ ਜਿਵੇਂ ਆਪਣਾ ਝਾਟੀ ਕੋਈ ਗੱਲ ਹੋਵੇ ਅੱਜ ਕੱਲ੍ਹ ਕਹਿੰਦੇ ਤੂੰ ਜਾਣਦਾ ਨਹੀਂ ਮੈਨੂੰ ਕੌਣ ਹੈ ਇਹ ਵੀ ਆਪਣੀ ਸ਼ਕਤੀ ਵਿਖਾਉਣੀ ਹੁੰਦਾ ਹੈ ਨਾ ਵੀ ਤੂੰ ਮੈਨੂੰ ਜਾਣਦਾ ਨਹੀਂ ਕੌਣ ਇਹੋ ਜਿਹੀਆਂ ਚੀਜ਼ਾਂ ਤੋਂ ਮਹਾਰਾਜ ਸਾਨੂੰ ਰੋਕਣ ਦੇ ਲਈ ਅਤੇ ਨਾਲ ਹੀ ਇਤਿਹਾਸ ਦੀ ਸਾਖੀ ਹੈ ਨਾਲ ਹੀ ਸਮਝਾਉਂਦੇ ਹਨ ਇਹ ਆਪਾਂ ਸਾਖੀ ਮਹਾਰਾਜ ਦੀ ਸੁਣ ਕੇ ਮਹਾਰਾਜ ਦੇ ਪ੍ਰਸੰਗ ਸੁਣ ਕੇ ਇਹ ਗੱਲ ਚੇਤੇ ਰੱਖਣੀ ਹੈ ਵੀ ਸਾਡੇ ਸਤਿਗੁਰੂ ਨੂੰ ਕਦੀ ਵੀ ਜਾਣਦਾ ਨਹੀਂ ਮੈਂ ਕੌਣ ਹੈ ਤੂੰ ਇਹੋ ਜਿਹੀਆਂ ਗੱਲਾਂ ਨਹੀਂ ਪਾਉਂਦੀਆਂ ਸਦਾ ਨਿਵਣਾ ਹੀ ਬਣਦਾ ਹੈ ਸਦਾ ਝੁਕਣਾ ਹੀ ਬਣਦਾ ਹੈ ਗੁਰੂ ਦੇ ਭਾਣੇ ਅਤੇ ਰਜਾ ਵਿੱਚ ਰਾਜੀ ਰਹੀਏ ਇਹ ਸਾਨੂੰ ਗੁਰੂ ਸਾਹਿਬ ਹੀ ਸਮਰੱਥਾ ਬਖਸ਼ਣ ਨਹੀਂ ਤਾਂ ਅਸੀਂ ਤਾਂ ਕਲ ਚੁਕੀ ਹੈ ਝਾਟੀ ਅੱਗ ਦੇ ਭਾਂਬੜ ਵਾਂਗ ਮੱਚ ਜਾਂਦੇ ਹਾਂ ਸਤਿਗੁਰੂ ਮਹਾਰਾਜ ਦੇ ਕੋਲੋਂ ਅਰਦਾਸ ਬੇਨਤੀ ਕਰਕੇ ਦਾਤ ਮੰਗਿਆ ਕਰੀਏ ਕਿ ਪਾਤਸ਼ਾਹ ਜਿਹੜੇ ਭਾਂਬੜ ਬਲਦੇ ਨੇ ਨਾਮ ਦਾ ਸਿੱਟਾ ਦੇ ਕੇ ਇਹਨਾਂ ਨੂੰ ਸ਼ਾਂਤ ਕਰ ਦਿਓ ਗਣੇ ਗਰੀਬ ਸੁਣੇ ਜਬ ਕਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਹੇ ਗੋਬਿੰਦ ਹੇ
अवतार सम्राथ अगम पूरन मोहे मया तार अंध कोप महाभयान नानक पार उतार हरे प्रभ शरणागति कृपा निध दयाल एक अखर हर मन बसत नानक होत निहाल वाहिगुरु नाम जहाज है चढ़े सोतरे पार जो श्रद्धा कर सेवन दे वाहिगुरु पार उतार निहाल जो श्रद्धा कर सेवन दे वाहिगुरु पार उतार निहाल वाहिगुरु जी का खालसा वाहिगुरु जी की फतेह।